ਸਮਾਜ 'ਚ ਆਪਾਂ ਰਹਿੰਦੇ ਹਾਂ, ਸੋਸ਼ਲ ਲਾਈਫ ਆਪਣੀ ਇੱਦਾਂ ਦੀ ਆ ਕਿ ਇਹਦੇ ਵਿੱਚ ਆਪਾਂ ਇੱਕ ਪ੍ਰੈਸ਼ਰ 'ਚ ਜਿਉਂ ਰਹੇ ਹਾਂ ਕਿ ਸਟੱਡੀ ਵਧੀਆ ਹੋਵੇ, ਉਦੋਂ ਬਾਅਦ ਜੋਬ ਵਧੀਆ ਲੱਗ ਜਾਵੇ। ਬਟ ਇਹਦੇ ਨਾਲ ਨਾਲ ਆਪਾਂ ਆਪਣੀ ਹੈਲਥ ਨੂੰ ਭੁੱਲਦੇ ਜਾ ਰਹੇ ਹਾਂ। ਜੇ ਤੁਹਾਡੀ ਹੈਲਥ ਵੀ ਨਾਲ ਨਾਲ ਓਕੇ ਰਹੂਗੀ ਤਾਂ ਹੀ ਤੁਸੀਂ ਆਪਣੀ ਜੋਬ ਨੂੰ ਵਧੀਆ ਟਾਈਮ ਦਿਓਗੇ। ਤੁਸੀਂ ਜੋਬ ਕਰਦੇ ਹੋ 9 to 5, ਉਹਦੇ ਵਿੱਚ ਕਿੰਨਾ ਤੁਸੀਂ ਸ਼ਾਮ ਤੱਕ ਪੂਰੇ ਲੇਜ਼ੀ ਹੋ ਜਾਂਦੇ ਹੋ। ਉਹਦਾ ਮੇਨ ਰੀਜ਼ਨ ਕੀ ਹੈ ਕਿ ਇੱਕ ਤਾਂ ਐਕਟੀਵਿਟੀ ਹੈ ਨਹੀਂ, ਬੋਡੀ ਦੀ ਜ਼ੀਰੋ ਹੈ। ਡਾਇਟ ਜੋ ਤੁਸੀਂ ਖਾ ਰਹੇ ਹੋ, ਲੰਚ ਮਿਲ ਗਿਆ ਤਾਂ ਤੁਸੀਂ ਕਰ ਲਿਆ, ਨਹੀਂ ਫਾਸਟ ਫੂਡ ਐਡ ਆਨ ਹੋ ਗਿਆ ਉਹਦੇ ਵਿੱਚ। 24 ਘੰਟੇ ਦਾ ਦਿਨ ਤੁਹਾਡਾ, 24 ਘੰਟੇ ਦਾ ਮੇਰਾ, 24 ਘੰਟੇ ਦੇ ਜੋ ਬਹੁਤ ਬਿਜ਼ੀ ਆ ਉਹਦਾ, ਤੁਸੀਂ ਜਿਮ ਨਹੀਂ ਜਾ ਸਕਦੇ, ਸਵੇਰੇ ਸ਼ਾਮ 20 to 25 ਮਿੰਟ ਕੱਢ ਲਓ, ਅੱਧਾ ਘੰਟਾ ਕੱਢ ਲਓ, ਇੱਕ ਨੋਰਮਲ ਵਾਕ ਕਰ ਲਓ, ਥੋੜ੍ਹੀ ਜਿਹੀ ਆਪਣੀ ਡਾਇਟ ਸੈੱਟ ਕਰ ਲਓ। ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਡਾਇਟ ਦੇ ਵਿੱਚ ਬਹੁਤ ਚੀਜ਼ਾਂ ਐਡ ਆਨ ਕਰ ਲਓ, ਹੈਲਦੀ ਡਾਇਟ ਥੋੜ੍ਹੀ ਜਿਹੀ ਐਡ ਆਨ ਕਰ ਲਓ, ਜਿਹਦੇ ਵਿੱਚ ਥੋੜ੍ਹਾ ਜਿਹਾ ਪ੍ਰੋਟੀਨ ਦਾ ਪਾਰਟ ਲੈ ਲਓ, ਥੋੜ੍ਹੀ ਜਿਹੀ ਗੁੱਡ ਫੈਟ ਲੈ ਲਓ, ਤੁਸੀਂ ਡਰਾਈ ਫਰੂਟ ਵਗੈਰਾ ਐਡ ਆਨ ਕਰੋ। ਇੰਨੇ ਕੁ ਨਾਲ ਹੀ ਤੁਹਾਡੀ ਜਿਹੜੀ ਡੇਲੀ ਐਕਟੀਵਿਟੀ ਦੇ ਵਿੱਚ ਤੁਹਾਨੂੰ ਲੇਜ਼ੀਨੈਸ ਆ ਰਹੀ ਸੀ ਉਹ ਦੂਰ ਹੋ ਜੂਗੀ। ਸਟ੍ਰੈਸ ਲੈਵਲ ਇੰਨੇ ਕੁ ਤੁਹਾਡੇ ਹਾਈ ਹੋ ਜਾਣੇ ਨੇ, ਡਾਕਟਰ ਕੋਲ ਜਾਓਗੇ, ਉਹਨਾਂ ਨੇ ਤੁਹਾਡੇ ਸਾਰੇ ਚੈੱਕਅਪ ਕਰਾ ਕੇ ਮੈਡੀਸਨ ਦੇ ਕੇ ਐਂਡ 'ਤੇ ਉਹਨਾਂ ਨੇ ਇੱਕ ਵਰਡ ਬੋਲਣਾ, ਥੋੜ੍ਹੀ ਬਹੁਤ ਵਰਕਆਊਟ ਕਰਨਾ ਸ਼ੁਰੂ ਕਰੋ। ਜੇ ਡਾਕਟਰ ਦੇ ਕਹੇ ਦੀ ਆਪਾਂ ਵਰਕਆਊਟ ਸ਼ੁਰੂ ਕਰਨਾ, ਫਿਰ ਤੁਸੀਂ ਆਪਣੇ ਆਪ ਕਿਉਂ ਨਹੀਂ ਕਰ ਸਕਦੇ? ਜਿਮ ਦਾ ਮਤਲਬ ਇਹ ਨਹੀਂ ਗਾ ਕਿ ਆਪਾਂ ਜਿਮ ਜਾ ਕੇ ਫਿੱਟ ਹੋਣਾ, ਤੁਸੀਂ ਗਰਾਊਂਡ ਵਰਕਆਊਟ ਕਰੋ, ਤੁਸੀਂ ਫੀਲਡ ਵਰਕਆਊਟ ਕਰੋ। ਬੋਡੀ ਨੂੰ ਕੁਛ ਨਹੀਂ ਪਤਾ ਵੀ ਉਹ ਕੀ ਕਰ ਰਹੀ, ਉਹ ਜਿਮ 'ਚ ਜਾ ਕੇ ਕਰ ਰਹੀ ਆ, ਕੋਈ ਤੁਹਾਡੇ ਘਰੇ ਕਰ ਰਹੀ ਆ, ਜਾਂ ਉਹ ਗਰਾਊਂਡ ਐਕਟੀਵਿਟੀ ਕਰ ਰਹੀ ਆ। ਮੇਨ ਬੋਡੀ ਨੂੰ ਵਰਕ ਹੋਣਾ ਚਾਹੀਦਾ, ਉਹਦੇ 'ਤੇ ਰਜਿਸਟੈਂਸ ਬਣਾਉਣੀ ਚਾਹੀਦੀ ਆ। ਤੁਸੀਂ ਜਿਮ 'ਚ ਜਾਂਦੇ ਹੋ ਤਾਂ ਤੁਹਾਨੂੰ ਰੈਕਮੈਂਡ ਕੀਤਾ ਜਾਂਦਾ ਕਿ ਪ੍ਰੋਟੀਨ ਲਓ ਜੀ, ਤੁਹਾਡੇ ਟ੍ਰੇਨਰਸ ਕਰ ਦਿੰਦੇ ਨੇ। ਪ੍ਰੋਟੀਨ ਸਪਲੀਮੈਂਟਸ ਨੇ ਜਿਹੜੇ, ਇਹ ਕੋਈ ਮੈਜਿਕ ਨਹੀਂ ਗਾ, ਇਹ ਕੋਈ ਜਾਦੂ ਹੈ ਨਹੀਂ ਗਾ ਇਹਨਾਂ ਦੇ ਵਿੱਚ। ਕਈ ਵਾਰੀ ਉਹ ਹੈਸ਼ਟੈਗ ਲਾਇਆ ਹੁੰਦਾ ਕਿ ਮੈਨੇ ਮੈਗੀ ਖਾ ਕੇ ਜਿਮ ਬਣਾ ਜੋ ਹੈ ਬੋਡੀ ਬਣਾ ਲਈ, ਕਿਤੇ ਲਿਖਿਆ ਹੁੰਦਾ ਮੈਨੇ ਚੋਕਲੇਟਸ ਖਾ ਕੇ ਜੋ ਹੈ ਬੋਡੀ ਬਣਾ ਲਈ, ਮੈਂ ਬੋਡੀ ਬਿਲਡਰ ਬਣ ਗਿਆ। ਮੈਗੀ ਖਾ ਕੇ, ਮੈਂ ਚਲੋ ਨੂਡਲ ਖਾ ਕੇ, ਇਹ ਹੋ ਸਕਦਾ? ਇਜ਼ ਇਟ ਪੋਸੀਬਲ ਕਿ ਤੁਸੀਂ ਇਸ ਤਰੀਕੇ ਦੀ ਬੋਡੀ ਬਣਾ ਸਕਦੇ ਹੋ? ਆਪਾਂ ਆਪ ਹੀ ਸੋਚੋ ਬਹਿ ਕੇ, ਤੁਸੀਂ ਜਿਮ ਜਾਂਦੇ ਹੋ, ਮੈਂ ਐਕਸਰਸਾਈਜ਼ ਕਰਦਾ, ਆਪਣੀ ਡਾਇਟ ਦੇ ਵਿੱਚ ਮੈਗੀ ਕਿਤੇ ਇਨਕਲੂਡ ਹੁੰਦੀ ਹੈ? ਕਿਹਾ ਜਾਂਦਾ ਹੈ ਕਿ ਐਲਬਰਟ ਆਈਨਸਟਾਈਨ ਨੇ ਇੱਕ ਵਾਰੀ ਕਿਹਾ ਹੈ ਕਿ ਇਫ ਯੂ ਵਾਂਟ ਟੂ ਲੀਡ ਅ ਹੈਪੀ ਲਾਈਫ, ਹੈਲਦੀ ਲਾਈਫ, ਦੈਨ ਸੈਟ ਅਪ ਅ ਗੋਲ ਐਂਡ ਨੋਟ ਫੋਰ ਐਨੀ ਵਨ ਐਲਸ ਬਟ ਯੋਰ ਸੈਲਫ। ਯਾਨੀ ਜ਼ਿੰਦਗੀ 'ਚ ਜੇ ਖੁਸ਼ਹਾਲ ਜ਼ਿੰਦਗੀ ਜੀਣੀ ਹੈ, ਜੇ ਸਿਹਤਮੰਦ ਜ਼ਿੰਦਗੀ ਜਿਉਣੀ ਹੈ, ਤਾਂ ਇੱਕ ਗੋਲ ਜ਼ਰੂਰ ਸੈੱਟ ਕਰੋ, ਉਹ ਗੋਲ ਸੈੱਟ ਕਰੋ ਆਪਣੇ ਲਈ, ਕਿਸੇ ਹੋਰ ਦੇ ਲਈ ਨਹੀਂ। ਇਸੇ ਤਰੀਕੇ ਨਾਲ ਮੁੱਕਦੀ ਗੱਲ ਇਹ ਹੈ ਕਿ ਹੈਲਥ ਇਜ਼ ਵੈਲਥ, ਇਹ ਹਮੇਸ਼ਾ ਤੁਸੀਂ ਸੁਣਿਆ ਹੋਣਾ। ਵੈਲਥ ਕੀ ਹੁੰਦੀ ਹੈ? ਵੈਲਥ ਹੁੰਦੀ ਹੈ ਸੰਪੱਤੀ। ਯਾਨੀ ਜੇ ਜਾਨ ਹੈ ਤਾਂ ਜਹਾਨ ਹੈ, ਜੇ ਤੁਹਾਡੀ ਜਾਨ ਯਾਨੀ ਤੁਹਾਡੀ ਸਿਹਤ ਵਧੀਆ ਹੈ ਤਾਂ ਤੁਹਾਨੂੰ ਦੁਬਾਰਾ ਸਾਰਾ ਕੁਝ ਮਿਲ ਜੂਗਾ। ਪਰ ਆਪਣੀ ਸਿਹਤ ਦਾ ਸਭ ਤੋਂ ਪਹਿਲਾਂ ਖਿਆਲ ਰੱਖੋ, ਜਿਹੜਾ ਕਿ ਅੱਜ ਦੀ ਦੁਨੀਆ 'ਚ ਇਹ ਕਹਿ ਸਕਦੇ ਹਾਂ ਕਿ 10 to 8 ਲੋਕ ਭੁੱਲ ਚੁੱਕੇ ਨੇ ਆਪਣੀ ਕਬੀਲਦਾਰੀਆਂ 'ਚ, ਆਪਣੇ ਘਰਾਂ ਦੇ ਖਰਚਿਆਂ 'ਚ, ਸਰਕਾਰਾਂ 'ਚ ਉਲਝ ਕੇ ਰਹਿ ਗਏ ਹਾਂ ਅਤੇ ਭੁੱਲ ਗਏ ਹਾਂ ਕਿ ਸਾਡਾ ਸਰੀਰ ਕਿਸ ਤਰੀਕੇ ਨਾਲ ਇਸ ਪੋਲਿਊਟੈਂਟ ਭਰੀ ਲਾਈਫ 'ਚ ਜਿਉ ਰਿਹਾ। ਮੇਰੇ ਨਾਲ ਇਸ ਵਕਤ ਕੁਲਵਿੰਦਰ ਝੱਜ ਨੇ। ਸਰ, ਬਹੁਤ ਬਹੁਤ ਸਵਾਗਤ ਹੈ ਪਹਿਲਾਂ ਡੇਲੀ ਪੋਸਟ 'ਤੇ। ਕੁਲਵਿੰਦਰ ਜੀ ਨੂੰ ਤੁਹਾਨੂੰ ਦੱਸਦਾ ਕਿ ਕੁਲਵਿੰਦਰ ਜੀ ਮੋਟੀਵੇਸ਼ਨਲ ਸਪੀਕਰ ਨੇ, ਜਿਮ ਇੰਸਟਰਕਟਰ ਨੇ, ਕੋਚ ਨੇ, ਅਤੇ 150 ਤੋਂ ਵੱਧ ਜਿਹੜੇ ਇਹਨਾਂ ਦੇ ਕਲਾਇੰਟਸ ਨੇ ਉਹਨਾਂ ਨੂੰ ਟ੍ਰੇਨ ਕਰ ਚੁੱਕੇ ਨੇ। ਉਹ ਟ੍ਰੇਨਿੰਗ ਵੱਖ ਵੱਖ ਤਰੀਕੇ ਦੀ ਹੁੰਦੀ ਹੈ, ਹਾਰਡਕੋਰ ਟ੍ਰੇਨਿੰਗ ਵੀ ਹੁੰਦੀ ਹੈ, ਸੌਫਟ ਟ੍ਰੇਨਿੰਗ ਵੀ ਹੁੰਦੀ ਹੈ, ਕਿਉਂਕਿ ਹਰ ਕਿਸੇ ਦਾ ਆਪਣਾ ਬੋਡੀ ਆਰਡਰ ਹੁੰਦਾ, ਆਪਣੀ ਤਰੀਕਾ ਹੁੰਦਾ। ਸਰ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ। ਸਭ ਤੋਂ ਪਹਿਲਾਂ ਅਸੀਂ ਜਿਹੜੀ ਗੱਲ ਕੀਤੀ ਹੈ, ਮੈਂ ਸਭ ਤੋਂ ਪਹਿਲਾਂ ਇਹ ਪੁੱਛ ਲੂੰਗਾ, ਕਿੰਨੇ ਕੁ ਸਹਿਮਤ ਹੋ ਤੁਸੀਂ ਜਿਹੜੀ ਮੈਂ ਗੱਲ ਕੀਤੀ ਹੈ, ਜਿਹੜੀ ਐਲਬਰਟ ਆਈਨਸਟਾਈਨ ਨੇ ਕਰਤੀ? ਪੂਰੀ ਤਰ੍ਹਾਂ ਸਹਿਮਤ ਹਾਂ ਜੀ, ਬਿਲਕੁਲ ਐਗਰੀ ਕਰਦੇ ਹਾਂ ਤੁਹਾਡੀ ਗੱਲ ਨਾਲ। ਜੇ ਹੈਲਥ ਆ ਫਿਰ ਹੀ ਸਭ ਕੁਛ ਹੈ। ਆਪਾਂ ਕੀ ਕਰਦੇ ਹਾਂ, ਆਪਾਂ ਹੈਲਥ ਨੂੰ ਪ੍ਰਾਇਓਰਟੀ ਨਹੀਂ ਦਿੰਦੇ, ਵੈਲਥ ਨੂੰ ਦੇ ਦਿੰਦੇ ਹਾਂ। ਹੈਲਥ ਨੂੰ ਪਹਿਲਾਂ ਪ੍ਰਾਇਓਰਟੀ 'ਤੇ ਰੱਖੋ, ਬਾਕੀ ਚੀਜ਼ਾਂ ਸਾਰੀਆਂ ਸੈਕੰਡਰੀ ਨੇ। ਪ੍ਰਾਇਮਰੀ ਤੁਹਾਡੀ ਹੈਲਥ ਹੋਣੀ ਚਾਹੀਦੀ ਹੈ, ਜੋ ਕਿ ਅੱਜ ਦੀ ਆਪਾਂ ਦੌੜ ਭੱਜ ਦੀ ਜਿਹੜੀ ਆਪਣੀ ਜ਼ਿੰਦਗੀ, ਉਹਦੇ ਵਿੱਚ ਆਪਾਂ ਪਿੱਛੇ ਰਹਿ ਗਏ ਇਹ ਚੀਜ਼ ਦੇ ਵਿੱਚ। ਆਪਾਂ ਨਾ ਜ਼ਿੰਦਗੀ ਨੂੰ ਬੀਜ਼ੀ ਬਹੁਤ ਜ਼ਿਆਦਾ ਕਰ ਲਿਆ ਲਾਈਫ ਨੂੰ। ਕੁਛ ਆਪਾਂ
ਜਿਹੜੇ ਸਮਾਜ 'ਚ ਆਪਾਂ ਰਹਿੰਦੇ ਹਾਂ, ਸੋਸ਼ਲ ਲਾਈਫ ਆਪਣੀ ਇੱਦਾਂ ਦੀ ਆ ਕਿ ਇਹਦੇ ਵਿੱਚ ਆਪਾਂ ਇੱਕ ਪ੍ਰੈਸ਼ਰ 'ਚ ਜਿਉਂ ਰਹੇ ਹਾਂ ਕਿ ਸਟੱਡੀ ਵਧੀਆ ਹੋਵੇ, ਉਦੋਂ ਬਾਅਦ ਜੋਬ ਵਧੀਆ ਲੱਗ ਜਾਵੇ, ਬਟ ਇਹਦੇ ਨਾਲ ਨਾਲ ਆਪਾਂ ਆਪਣੀ ਹੈਲਥ ਨੂੰ ਭੁੱਲਦੇ ਜਾ ਰਹੇ ਹਾਂ। ਜੇ ਤੁਹਾਡੀ ਹੈਲਥ ਵੀ ਨਾਲ ਨਾਲ ਓਕੇ ਰਹੂਗੀ ਤਾਂ ਹੀ ਤੁਸੀਂ ਆਪਣੀ ਜੋਬ ਨੂੰ ਵਧੀਆ ਟਾਈਮ ਦਿਓਗੇ। ਤੁਸੀਂ ਜੋਬ ਕਰਦੇ ਹੋ 9 to 5, ਉਹਦੇ ਵਿੱਚ ਕਿੰਨਾ ਤੁਸੀਂ ਸ਼ਾਮ ਤੱਕ ਪੂਰੇ ਲੇਜ਼ੀ ਹੋ ਜਾਂਦੇ ਹੋ। ਉਹਦਾ ਮੇਨ ਰੀਜ਼ਨ ਕੀ ਹੈ ਕਿ ਇੱਕ ਤਾਂ ਐਕਟੀਵਿਟੀ ਹੈ ਨਹੀਂ, ਬੋਡੀ ਦੀ ਜ਼ੀਰੋ ਹੈ। ਡਾਇਟ ਜੋ ਤੁਸੀਂ ਖਾ ਰਹੇ ਹੋ, ਲੰਚ ਮਿਲ ਗਿਆ ਤਾਂ ਤੁਸੀਂ ਕਰ ਲਿਆ, ਨਹੀਂ ਫਾਸਟ ਫੂਡ ਐਡ ਆਨ ਹੋ ਗਿਆ ਉਹਦੇ ਵਿੱਚ, ਕੁਛ ਨਹੀਂ ਵੀ ਕਰਦੇ ਆਪਾਂ। ਸਿੰਪਲ ਤੁਸੀਂ ਮੋਰਨਿੰਗ ਇੰਨਾ ਕੁ ਟਾਈਮ ਆਪਣੇ ਕੋਲ ਹਰੇਕ ਕੋਲ ਹੈ, 24 ਘੰਟੇ ਦਾ ਦਿਨ ਤੁਹਾਡਾ, 24 ਘੰਟੇ ਦਾ ਮੇਰਾ, 24 ਘੰਟੇ ਦੇ ਜੋ ਬਹੁਤ ਬਿਜ਼ੀ ਆਉਂਦਾ, ਤੁਸੀਂ ਜਿਮ ਨਹੀਂ ਜਾ ਸਕਦੇ, ਸਵੇਰੇ ਸ਼ਾਮ 20 to 25 ਮਿੰਟ ਕੱਢ ਲਓ, ਅੱਧਾ ਘੰਟਾ ਕੱਢ ਲਓ, ਇੱਕ ਨੋਰਮਲ ਵਾਕ ਕਰ ਲਓ, ਥੋੜ੍ਹੀ ਜਿਹੀ ਆਪਣੀ ਡਾਇਟ ਸੈੱਟ ਕਰ ਲਓ। ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਡਾਇਟ ਦੇ ਵਿੱਚ ਬਹੁਤ ਚੀਜ਼ਾਂ ਐਡ ਆਨ ਕਰ ਲਓ, ਹੈਲਦੀ ਡਾਇਟ ਥੋੜ੍ਹੀ ਜਿਹੀ ਐਡ ਆਨ ਕਰ ਲਓ, ਜਿਹਦੇ ਵਿੱਚ ਥੋੜ੍ਹਾ ਜਿਹਾ ਪ੍ਰੋਟੀਨ ਦਾ ਪਾਰਟ ਲੈ ਲਓ, ਥੋੜ੍ਹੀ ਜਿਹੀ ਗੁੱਡ ਫੈਟ ਲੈ ਲਓ, ਤੁਸੀਂ ਡਰਾਈ ਫਰੂਟ ਵਗੈਰਾ ਐਡ ਆਨ ਕਰੋ, ਇੰਨੇ ਕੁ ਨਾਲ ਹੀ ਤੁਹਾਡੀ ਜਿਹੜੀ ਡੇਲੀ ਐਕਟੀਵਿਟੀ ਦੇ ਵਿੱਚ ਤੁਹਾਨੂੰ ਲੇਜ਼ੀਨੈਸ ਸਾਰੀ ਸੀ ਉਹ ਦੂਰ ਹੋ ਜੂਗੀ ਆਉਣਾ, ਤੁਸੀਂ ਆਪਣੇ ਆਪ ਹੀ ਮੋਟੀਵੇਟ ਹੋਣਾ ਸ਼ੁਰੂ ਹੋ ਜਾਓਗੇ, ਉਦੋਂ ਬਾਅਦ ਤੁਹਾਡਾ ਨੈਕਸਟ ਸਟੈਪ ਹੌਲੀ ਹੌਲੀ ਜਿਮ ਵੱਲ ਜਾਣਾ ਸ਼ੁਰੂ ਕਰ ਦਿਓਗੇ ਤੁਸੀਂ, ਜਦੋਂ ਤੁਹਾਨੂੰ ਆਪਣੇ ਆਪ 'ਚ ਚੇਂਜਸ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਬਿਮਾਰੀਆਂ, ਡਿਪਰੈਸ਼ਨ, ਐਂਗਜ਼ਾਇਟੀ, ਇਹ ਚੀਜ਼ਾਂ ਆਪਣੀ ਬੋਡੀ 'ਤੇ ਹਾਵੀ ਹੋਣੀਆਂ ਹੋਣੀਆਂ ਨੇ ਜੇ ਤੁਸੀਂ ਵਰਕਆਊਟ ਨਹੀਂ ਕਰੋਗੇ। ਅੱਜ ਨਹੀਂ ਕਰੋਗੇ ਤੁਹਾਨੂੰ ਕੱਲ੍ਹ ਨੂੰ ਕਰਨਾ ਪੈਣਾ, ਸਟ੍ਰੈਸ ਲੈਵਲ ਇੰਨੇ ਕੁ ਤੁਹਾਡੇ ਹਾਈ ਹੋ ਜਾਣੇ ਨੇ, ਡਾਕਟਰ ਕੋਲ ਜਾਓਗੇ, ਉਹਨਾਂ ਨੇ ਤੁਹਾਡੇ ਸਾਰੇ ਚੈੱਕਅਪ ਕਰਾ ਕੇ ਮੈਡੀਸਨ ਦੇ ਕੇ ਐਂਡ 'ਤੇ ਉਹਨਾਂ ਨੇ ਇੱਕ ਵਰਡ ਬੋਲਣਾ, ਥੋੜ੍ਹੀ ਬਹੁਤ ਵਰਕਆਊਟ ਕਰਨਾ ਸ਼ੁਰੂ ਕਰੋ। ਜੇ ਡਾਕਟਰ ਦੇ ਕਿਸੇ ਦੀ ਆਪਾਂ ਵਰਕਆਊਟ ਸ਼ੁਰੂ ਕਰਨਾ, ਫਿਰ ਤੁਸੀਂ ਆਪਣੇ ਆਪ ਕਿਉਂ ਨਹੀਂ ਕਰ ਸਕਦੇ? ਇਹ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਆਪਾਂ ਨੂੰ। ਯਾਨੀ ਗੱਲ ਤਾਂ ਉਹੀ ਹੋ ਗਈ ਕਿ ਜਦ ਡਾਕਟਰ ਤੱਕ ਪਹੁੰਚੇ ਤਾਂ ਡਾਕਟਰ ਨੇ ਕਿਹਾ ਕਿ ਵਰਕਆਊਟ ਕਰੋਗੇ ਨਹੀਂ ਤਾਂ ਕੰਮ ਖਰਾਬ ਹੈ, ਬਿਲਕੁਲ ਉਸ ਤੋਂ ਪਹਿਲਾਂ ਅਸੀਂ ਸੋਚਿਆ ਨਹੀਂ ਹੈ। ਪਰ ਬਹੁਤ ਵੱਡੀ ਗੱਲ ਜਿਹੜੀ ਤੁਸੀਂ ਕਰ ਰਹੇ ਸੀ, ਕਿਉਂਕਿ ਨੀਰਜ ਚੋਪੜਾ, ਗੋਲਡਨ ਬੋਆਏ ਨੀਰਜ ਚੋਪੜਾ ਨੇ ਆਪਣੇ ਓਲੰਪਿਕਸ 'ਚ ਸਿਲਵਰ ਲੈ ਕੇ ਆਏ, ਉਹਨਾਂ ਦੀ ਮਦਰ ਤੋਂ ਜਦ ਸਵਾਲ ਕੀਤਾ ਗਿਆ, ਮੈਨੂੰ ਅੱਜ ਵੀ ਯਾਦ ਹੈ 2020 ਓਲੰਪਿਕਸ ਦੀ ਗੱਲ ਕਰ ਰਹੇ ਜੋ 21 'ਚ ਹੋਏ ਸੀਗੇ, ਤਾਂ ਉਹ ਕਹਿੰਦੇ ਕਿ ਇਹ ਸਪੋਰਟਸ 'ਚ ਗਿਆ ਕਿਵੇਂ? ਉਹ ਕਹਿੰਦੇ ਇਹ ਬਹੁਤ ਭਾਰੀ ਸੀਗਾ, ਵਜ਼ਨ ਬਹੁਤ ਭਾਰੀ ਸੀਗਾ, ਤਾਂ ਅਸੀਂ ਇਹਨੂੰ ਇੱਕ ਚੀਜ਼ ਕਹੀ ਸੀ ਕਿ ਤੂੰ ਸਪੋਰਟਸ ਖੇਡਣਾ ਸ਼ੁਰੂ ਕਰ। ਇਹ ਜੈਵਲਿਨ 'ਚ ਚਲਾ ਗਿਆ, ਪਹਿਲਾਂ ਇੱਕ ਹੋਰ ਗੇਮ ਖੇਡਦਾ ਸੀ, ਫਿਰ ਜੈਵਲਿਨ 'ਚ ਚਲਾ ਗਿਆ ਤਾਂ ਕਿ ਬੋਡੀ ਠੀਕ ਰਹੇ। ਇਹ ਸਵਾਲ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਲੋਕ ਕਹਿੰਦੇ ਨੇ ਕਿ ਜਿਮ ਰਹਿਣ ਦਿਓ, ਤੁਸੀਂ ਕਿਸੇ ਸਪੋਰਟ ਨੂੰ ਚੁਣ ਲਓ, ਸਪੋਰਟ ਵੀ ਤੁਹਾਡੀ ਵਧੀਆ ਹੋਏਗੀ ਪਰ ਨਾਲ ਦੇ ਨਾਲ ਤੁਹਾਡੀ ਬੋਡੀ ਵੀ ਫਿੱਟ ਹੋਏਗੀ, ਫਿਰ ਜਿਮ ਦਾ ਰੋਲ ਜਿਹੜਾ ਉਹ ਕਿਵੇਂ ਖਤਮ ਹੋ ਜਾਂਦਾ ਇੱਥੇ ਆ ਕੇ? ਦੇਖੋ ਐਕਚੁਅਲ ਵਿੱਚ ਜਿਮ ਇੱਕ ਵਰਡ ਆਪਾਂ ਨਾ, ਇਹਦੀ ਮਾਰਕੀਟਿੰਗ ਬਹੁਤ ਵੱਡੇ ਲੈਵਲ 'ਤੇ ਹੋ ਗਈ ਇੰਡੀਆ ਦੇ ਵਿੱਚ। ਜਿਮ ਦਾ ਮਤਲਬ ਇਹ ਨਹੀਂ ਗਾ ਕਿ ਆਪਾਂ ਜਿਮ ਜਾ ਕੇ ਫਿੱਟ ਹੋਣਾ, ਤੁਸੀਂ ਗਰਾਊਂਡ ਵਰਕਆਊਟ ਕਰੋ, ਤੁਸੀਂ ਫੀਲਡ ਵਰਕਆਊਟ ਕਰੋ। ਬੋਡੀ ਨੂੰ ਕੁਛ ਨਹੀਂ ਪਤਾ ਵੀ ਉਹ ਕੀ ਕਰ ਰਹੀ, ਉਹ ਜਿਮ 'ਚ ਜਾ ਕੇ ਕਰ ਰਹੀ ਆ, ਕੋਈ ਤੁਹਾਡੇ ਘਰੇ ਕਰ ਰਹੀ ਆ, ਜਾਂ ਉਹ ਗਰਾਊਂਡ ਐਕਟੀਵਿਟੀ ਕਰ ਰਹੀ ਆ। ਮੇਨ ਬੋਡੀ ਨੂੰ ਵਰਕ ਹੋਣਾ ਚਾਹੀਦਾ, ਉਹਦੇ 'ਤੇ ਰੈਜ਼ਿਸਟੈਂਸ ਬਣਨੀ ਚਾਹੀਦੀ ਆ, ਲੋਡ ਆਉਣਾ ਚਾਹੀਦਾ ਉਹਦੇ 'ਤੇ। ਉਹ ਕੋਈ ਵੀ ਐਕਸਰਸਾਈਜ਼ ਹੋ ਸਕਦੀ ਆ, ਤੁਹਾਡੀ ਸਾਈਕਲਿੰਗ ਹੋ ਗਈ, ਤੁਹਾਡੀ ਰਨਿੰਗ ਹੋ ਗਈ, ਤੁਹਾਡੀ ਗਰਾਊਂਡ ਦੀ ਮਿਹਨਤ ਹੋ ਗਈ, ਜੋ ਆਪਾਂ ਆਮ ਕਰਦੀ ਹਾਂ। ਜ਼ਰੂਰੀ ਨਹੀਂ ਵੀ ਜਿਮ ਹੀ ਜਾਣਾ ਤੁਸੀਂ, ਜਿਮ ਆਪਾਂ ਉਦੋਂ ਜਾਂਦੇ ਹਾਂ ਜਦੋਂ ਤੁਸੀਂ ਮਸਲ ਨੂੰ ਪੋਲਿਸ਼ ਕਰਨ ਜਾਂਦੇ ਹੋ, ਥੋੜ੍ਹੇ ਬਹੁਤ ਤੁਸੀਂ ਵੀ ਥੋੜ੍ਹੇ ਮਸਲ ਹੋਣ, ਉਹਦੇ ਲਈ ਤੁਹਾਨੂੰ ਜਿਮ ਦੀ ਲੋੜ ਪੈਂਦੀ ਹੈ, ਵੇਟ ਟ੍ਰੇਨਿੰਗ ਦੀ। ਅਦਰਵਾਈਜ਼ ਜੇ ਤੁਸੀਂ ਨੋਰਮਲ ਫਿੱਟ ਹੈ ਨਾ ਆਪਾਂ, ਤਾਂ ਤੁਹਾਨੂੰ ਜਿਮ ਦੀ ਜ਼ਿਆਦਾ ਨੀਡ ਨਹੀਂ ਪੈਂਦੀ। ਤੁਸੀਂ ਆਪਣਾ ਗਰਾਊਂਡ ਵਰਕਆਊਟ ਵਧੀਆ ਕਰੋ, ਉਹਦੇ ਵਿੱਚੋਂ ਹੀ ਤੁਹਾਨੂੰ ਕੋਈ ਨਾ ਕੋਈ ਸਕਿੱਲ ਲੱਭੂਗੀ। ਜਿਵੇਂ ਤੁਸੀਂ ਨੀਰਜ ਚੋਪੜਾ ਦੀ ਐਗਜ਼ਾਮਪਲ ਦਿੱਤੀ ਆ, ਦੇਖੋ ਉਹਨਾਂ ਨੇ ਆਪਣਾ ਗਰਾਊਂਡ ਵਰਕਆਊਟ ਸ਼ੁਰੂ ਕੀਤਾ, ਜੋ ਵੀ ਉਹਨਾਂ ਨੇ ਫਿਟਨੈਸ ਦੀ ਐਕਸਰਸਾਈਜ਼ ਸ਼ੁਰੂ ਕੀਤੀ, ਬਟ ਉਹਨਾਂ ਨੂੰ ਜੈਵਲਿਨ ਦੀ ਸਕਿੱਲ ਪਤਾ ਲੱਗ ਗਈ ਨਾ, ਉਹ 'ਤੇ ਵਰਕ ਕੀਤਾ, ਦੇਖੋ ਅੱਜ ਕਿੱਥੇ ਨੇ। ਅੱਛਾ ਇੱਕ ਚੀਜ਼ ਬੜੀ ਇੰਪੋਰਟੈਂਟ ਹੈ, ਹੁਣ ਜਿਮ ਦੀ ਅਸੀਂ ਗੱਲ ਕਰ ਰਹੇ ਹਾਂ, ਕਈ ਲੋਕ ਕਹਿੰਦੇ ਮਾਫੀਆ ਬਣ ਚੁੱਕਿਆ। ਹਾਂਜੀ, ਜਿਮ ਇੰਡਸਟਰੀ ਇੱਕ ਮਾਫੀਆ ਬਣ ਚੁੱਕਿਆ ਕਿ ਕਿਵੇਂ ਤੁਹਾਨੂੰ ਐਂਟਰੀ ਮਿਲੇਗੀ, ਪਹਿਲਾਂ ਇੱਕ ਦਿਨ ਦਾ ਫ੍ਰੀ ਵਰਕਆਊਟ ਹੋਏਗਾ,
ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤੁਸੀਂ ਲਓਗੇ ਮੈਂਬਰਸ਼ਿਪ, ਮੈਂਬਰਸ਼ਿਪ 'ਚ ਕਹਿਤਾ ਜਾਊਗਾ ਇੱਕ ਮਹੀਨੇ ਦੀ ਤਾਂ ਹੋਏਗੀ ਨਹੀਂ, ਤਿੰਨ ਮਹੀਨੇ ਦੀ ਲੈ ਲਓ, ਛੇ ਮਹੀਨੇ ਦੀ ਲੈ ਲਓ ਜਾਂ ਇੱਕ ਸਾਲ ਦੀ ਲੈ ਲਓ। ਫਿਰ ਉਹ ਮਾਫੀਆ ਕੀ ਕਰਦਾ ਉਸ ਤੋਂ ਬਾਅਦ, ਮਾਫੀਆ ਵੈਸੇ ਵਰਡ ਵੈਸੇ ਮੈਂ ਨਹੀਂ ਕਹਿ ਰਹੇ, ਸਾਰੇ ਕਹਿੰਦੇ ਨੇ ਜ਼ਿਆਦਾਤਰ ਲੋਕ, ਫਿਰ ਉਹ ਕਹਿੰਦੇ ਨੇ ਕਿ ਤੁਸੀਂ ਇਹ ਪ੍ਰੋਟੀਨ ਖਾਣਾ ਸ਼ੁਰੂ ਕਰੋ, ਤੁਸੀਂ ਇੱਕ ਹੋਰ ਮਸ਼ੀਨ ਹੁੰਦੀ ਹੈ ਜਿਹੜੀ ਤੁਸੀਂ ਚੱਕਦੇ ਹੋ, ਉਸ ਤੋਂ ਬਾਅਦ ਪਤਾ ਲੱਗਦਾ ਕਿ ਤੁਹਾਡਾ ਕਿੰਨਾ ਫੈਟ ਹੈ, ਤੁਹਾਡੀ ਹਾਈਟ ਕਿੰਨੀ ਹੈ, ਉਹ ਸਾਰਾ ਲਿਖਿਆ ਜਾਂਦਾ, ਤੁਹਾਡੀ ਹਰ ਬੋਡੀ ਮਸਲ ਜਿਹੜਾ ਹੈ ਉਹਦੀ ਏਜ ਕਿੰਨੀ ਹੈ, ਉਹ ਸਾਰਾ ਹੁੰਦਾ। ਫਿਰ ਤੁਹਾਨੂੰ ਕਿਹਾ ਜਾਂਦਾ ਕਿ ਤੁਹਾਨੂੰ ਲਗਾਤਾਰ 6 ਮਹੀਨੇ ਇਹ ਵਾਲੀ ਐਕਸਰਸਾਈਜ਼ ਕਰਨੀ ਪਏਗੀ ਤਾਂ ਤੁਹਾਡਾ ਜਾ ਕੇ ਇਹ ਸਰੀਰ ਠੀਕ ਹੋਏਗਾ। ਕੀ ਲੱਗਦਾ ਹੈ, ਇਹ ਮਾਫੀਆ ਹੈਗਾ ਜਾਂ ਫਿਰ ਵਾਕਈ ਗੱਲਾਂ 'ਚ ਕਿਤਾਬਾਂ 'ਚ ਅਸੀਂ ਪੜ੍ਹਦੇ ਹਾਂ? ਨਹੀਂ, ਦੇਖੋ ਜਿਮ ਦੋ ਤਰ੍ਹਾਂ ਦੇ ਨੇ। ਇੱਕ ਜਿਮ ਆ ਜਿਹਨੂੰ ਜਿਮ ਕਹਿੰਦੇ ਆ, ਪ੍ਰੋਪਰ ਜਿਮ, ਹਾਰਡਕੋਰ ਜਿਮ, ਉਹ 'ਚ ਕੋਈ ਲਗਜ਼ਰੀ ਨਹੀਂ, ਉਹ 'ਚ ਕੋਈ ਤੁਹਾਨੂੰ ਇੱਦਾਂ ਦਾ ਕੋਈ ਸੀਨ ਨਹੀਂ ਕ੍ਰੀਏਟ ਕੀਤਾ ਜਾਂਦਾ ਕਿ ਤੁਸੀਂ ਇਹ ਖਾਓ ਤੁਸੀਂ ਉਹ ਖਾਓ। ਤੁਹਾਡਾ ਮਾਇੰਡ ਦਾ ਫੋਕਸ ਤਿਆਰ ਕੀਤਾ ਜਾਂਦਾ ਵੀ ਤੁਸੀਂ ਵਰਕਆਊਟ ਕਰਨਾ, ਵਰਕਆਊਟ ਮੀਨਸ ਵਰਕਆਊਟ। ਨੰਬਰ 2 ਤੇ ਆ ਗਏ ਹੁਣ ਲਗਜ਼ਰੀ ਜਿਮ, ਜੋ ਕਿ ਆਪਣੀ ਜੋ ਮੈਟਰੋ ਸਿਟੀਜ਼ ਨੇ ਜਾਂ ਪੌਸ਼ ਏਰੀਆਜ਼ ਨੇ ਉਹਨਾਂ ਨੂੰ ਕਵਰ ਕੀਤਾ ਜਾਂਦਾ ਉੱਥੋਂ ਦੇ ਕਲਾਇੰਟਸ ਨੂੰ ਖਿੱਚਣ ਲਈ, ਯਾਨੀ ਉਹ ਛੱਤ ਦੇ ਉੱਤੇ ਲਾਈਟਾਂ ਲਾ ਕੇ, ਡਿਫਰੈਂਟ ਡਿਫਰੈਂਟ ਲਾਈਟਾਂ ਲਾ ਕੇ। ਹੁਣ ਕਲਾਇੰਟ ਕੀ ਕਰਦੇ ਨੇ, ਉਹਨਾਂ ਨੂੰ ਇੱਕ ਕਲਾਇੰਟ ਕਹਿੰਦਾ ਜੀ ਮੈਨੂੰ ਮਨੀ ਦਾ ਕੋਈ ਇਸ਼ੂ ਨਹੀਂ, ਜਿਮ ਦੇ ਵਿੱਚ ਫੈਸਿਲਿਟੀ ਸਾਰੀ ਹੋਣੀ ਚਾਹੀਦੀ ਹੈ, ਫੈਕਲਟੀ ਸਾਰੀ ਦਿਓ। ਉੱਥੇ ਫਿਰ ਜੋ ਜਿਮ ਓਨਰ ਹੈ ਉਹ ਕੀ ਕਰਦੇ ਨੇ, ਨਵੇਂ ਨਵੇਂ ਫੰਡੇ ਰੈਡੀ ਕੀਤੇ ਜਾਂਦੇ ਨੇ, ਇੱਕ ਟੀਮ ਬੈਠਦੀ ਹੈ ਵੀ ਕਲਾਇੰਟ ਨੂੰ ਆਪਾਂ ਕਿਹੜੀਆਂ ਕਿਹੜੀਆਂ ਗੱਲਾਂ ਇੱਦਾਂ ਦੀਆਂ ਕਰਨੀਆਂ ਨੇ, ਕੀ ਇਹਨਾਂ ਨੂੰ ਆਪਾਂ ਇੱਦਾਂ ਦਾ ਸ਼ੋਅ ਕਰਨਾ ਵੀ ਕਲਾਇੰਟ ਇੱਕ ਦੀ ਜਗ੍ਹਾ 'ਤੇ 4 ਕਲਾਇੰਟ ਹੋਰ ਨਾਲ ਲੈ ਕੇ ਆਵੇ। ਉੱਥੇ ਪੈਸੇ ਦੀ ਦੌੜ ਚੱਲ ਪਈ, ਉੱਥੇ ਵਰਕਆਊਟ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ, ਜਦਕਿ ਜੋ ਕਲਾਇੰਟ ਆ ਰਿਹਾ ਉਹ ਅੰਦਰ ਇਹ ਸੋਚ ਕੇ ਆ ਰਿਹਾ ਵੀ ਮੈਂ ਲਗਜ਼ਰੀ ਦੇ ਨਾਲ ਨਾਲ ਫਿੱਟ ਵੀ ਹੋਣਾ, ਬਟ ਫਿਟਨੈਸ ਤਾਂ ਬਹੁਤ ਪਿੱਛੇ ਰਹਿ ਗਈ। ਫਿਰ ਤੁਸੀਂ ਗੱਲ ਕੀਤੀ ਕਿ ਪ੍ਰੋਟੀਨ ਸਪਲੀਮੈਂਟ, ਤੁਸੀਂ ਜਿਮ 'ਚ ਜਾਂਦੇ ਹੋ ਤਾਂ ਤੁਹਾਨੂੰ ਰੈਕਮੈਂਡ ਕੀਤਾ ਜਾਂਦਾ ਕਿ ਪ੍ਰੋਟੀਨ ਲਓ ਜੀ, ਤੁਹਾਡੇ ਟ੍ਰੇਨਰਸ ਕਰ ਦਿੰਦੇ ਨੇ। ਪ੍ਰੋਟੀਨ ਸਪਲੀਮੈਂਟਸ ਨੇ ਜਿਹੜੇ, ਇਹ ਕੋਈ ਮੈਜਿਕ ਨਹੀਂ ਗਾ, ਇਹ ਕੋਈ ਜਾਦੂ ਹੈ ਨਹੀਂ ਗਾ ਇਹਨਾਂ ਦੇ ਵਿੱਚ। ਤੁਸੀਂ ਪਹਿਲਾਂ ਪ੍ਰੋਪਰ 6 ਮਹੀਨੇ ਆਪਣੀ ਬੋਡੀ ਨੂੰ ਦਿਓ, ਤੁਸੀਂ ਇੱਕ ਨਵੇਂ ਬੋਡੀ ਨੂੰ ਲੈ ਕੇ ਨਵੀਂ ਨੂੰ ਜਾਂਦੇ ਹੋ ਜਿਮ ਦੇ ਵਿੱਚ ਜਿਹਨੂੰ ਪਤਾ ਹੀ ਨਹੀਂ ਵਰਕਆਊਟ ਦਾ, ਤੁਸੀਂ ਪਹਿਲਾਂ 6 ਮਹੀਨੇ ਵਰਕਆਊਟ ਨੂੰ ਦਿਓ, ਤੁਸੀਂ ਆਪਣੇ ਆਪ ਨੂੰ ਬੋਡੀ ਨੂੰ ਸਮਝੋ, ਸਮਿਟਰੀ ਨੂੰ ਸਮਝੋ, ਤੁਹਾਡਾ ਫਰੇਮ ਕਿੱਦਾਂ ਦਾ ਉਹਨੂੰ ਸਮਝੋ। ਨੈਚੁਰਲ ਜਿਹੜੀ ਡਾਇਟ ਆ, ਘਰ ਦੀ ਵਧੀਆ ਡਾਇਟ ਆ, ਉਹਨੂੰ ਪ੍ਰੋਪਰ ਜਿੰਨੇ ਤੁਹਾਡੇ ਮੀਲ ਨੇ, ਜੋ ਤੁਹਾਡਾ ਕੋਚ ਤੁਹਾਡਾ ਟ੍ਰੇਨਰ ਤੁਹਾਨੂੰ ਦੱਸ ਰਿਹਾ, ਉਹ ਲੈਣੇ ਸ਼ੁਰੂ ਕਰੋ, ਤਾਂ ਕਿ ਤੁਹਾਡਾ ਜੋ ਲਿਵਰ ਹੈ ਉਹਨੂੰ ਪਚਾਉਣਾ ਤਾਂ ਸ਼ੁਰੂ ਕਰੇ ਓਨੀ ਕੁ ਡਾਇਟ ਨੂੰ। ਇੱਕ ਜਗ੍ਹਾ 'ਤੇ ਤੁਸੀਂ 2 ਰੋਟੀਆਂ ਖਾ ਰਹੇ ਹੋ, 2 ਸਵੇਰੇ, 2 ਸ਼ਾਮ ਨੂੰ, 2 ਰਾਤ ਨੂੰ, ਦਾਲ ਸਬਜ਼ੀ ਨਾਲ ਤੁਹਾਡੀ ਨੋਰਮਲ ਡਾਇਟ ਚੱਲਦੀ ਹੈ, ਤੁਸੀਂ ਜਿਮ ਸ਼ੁਰੂ ਕਰ ਲਿਆ ਆਪਾਂ, ਹੁਣ ਜਿਮ ਦੇ ਵਿੱਚ ਉਹੀ ਡਾਇਟ ਨੂੰ ਥੋੜ੍ਹਾ ਬਹੁਤ ਚੇਂਜ ਕਰਕੇ ਉਹਦੇ ਵਿੱਚ ਵੈਜ ਨੋਨ ਵੈਜ ਦੇ ਵਿੱਚ ਪ੍ਰੋਟੀਨ ਆਪਸ਼ਨ ਪਾਉਣੇ ਨੇ ਤੁਹਾਡੇ ਕੋਚ ਜਾਂ ਤੁਹਾਡੇ ਟ੍ਰੇਨਰ ਨੇ, ਤੁਹਾਨੂੰ ਕਾਰਬੋਹਾਈਡਰੇਟ ਗੁੱਡ ਰੱਖਣੇ ਨੇ ਜਿਹੜੇ ਫੈਟ ਨਾ ਦੇਣ ਬੋਡੀ ਨੂੰ, ਪਰ ਮੀਲ ਤਾਂ ਵੱਧ ਗਏ ਨਾ, ਬੋਡੀ ਯੂਸ ਟੂ ਨਹੀਂ ਗੀ, ਹੁਣ ਉਹ ਮੀਲ ਨੂੰ ਪਚਾਉਣਾ ਬੋਡੀ ਨੇ ਹੌਲੀ 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 ਬੋਡੀ ਨੇ ਉਹ ਲੈਵਲ 'ਤੇ ਲੈ ਕੇ ਜਾਣਾ। ਉਹਦੇ ਲਈ 6 ਮਹੀਨੇ ਤਾਂ ਅੰਦਰ ਔਰਗਨ ਨੂੰ ਲੱਗਦੇ ਨੇ, 6 ਮਹੀਨੇ ਦੇ ਵਿੱਚ ਤੁਹਾਡੇ ਮਸਲ ਨੂੰ ਲੱਗਦੇ ਨੇ ਸਮਝਣ ਨੂੰ ਵੀ ਤੁਸੀਂ ਮੇਰੇ 'ਤੇ ਕੋਈ ਲੋਡ ਪਾ ਰਹੇ ਹੋ। ਉਦੋਂ ਬਾਅਦ ਦੇ ਵਿੱਚ ਤੁਹਾਡੇ ਅਗਲਾ ਏਮ ਕੀ ਹੈ, ਯਾਨੀ ਮੋਟੀ ਮੋਟੀ ਗੱਲ ਇਹ ਹੈ ਕਿ ਜਿਵੇਂ ਅਸੀਂ ਨਵੀਂ ਗੱਡੀ ਲੈ ਰਹੇ ਹਾਂ, ਹੈ ਨਾ, ਗੱਡੀ ਸ਼ੋਰੂਮ 'ਚੋਂ ਕਢਾ ਕੇ ਨਾਲ ਹੀ ਅਸੀਂ ਜਾ ਕੇ ਕਹਾਂਗੇ ਮੋਡੀਫਾਈ ਕਰ ਦਿਓ ਇਹਨੂੰ, ਹਾਂਜੀ, ਤਾਂ ਜਦ ਕੁਛ ਨਾ ਕੁਛ ਛੇੜਾਂਗੇ, ਕੱਢਾਂਗੇ, ਫਿਰ ਬਾਅਦ 'ਚ ਕਹਿਣਗੇ ਵਾਰੰਟੀ ਨਹੀਂ ਰਹੀ ਇਹਦੀ, ਉਹ ਗੱਲ ਆਪਣੇ ਸਰੀਰ 'ਤੇ ਹੈ। ਆਪਣਾ ਸਰੀਰ ਜ਼ਿਆਦਾ ਐਕਸਪੈਂਸਿਵ ਹੈ, ਹੈ ਨਾ, ਐਕਸਪੈਂਸਿਵ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇੱਕ ਇੱਕ ਪਾਰਟ ਹੀ ਜਿਹੜਾ ਹੈਗਾ ਉਹ ਪ੍ਰਾਈਵੇਟ ਹਸਪਤਾਲ ਚਲੇ ਜਾਈਏ 50 ਜਾਂ 60 ਲੱਖ ਰੁਪਏ ਲੱਗ ਜਾਂਦੇ ਕਈ ਵਾਰ, ਤਾਂ ਇਸ ਦਾ ਪ੍ਰਾਈਸ ਲੈ ਅਸੀਂ ਕਹਿੰਦੇ ਆਪਣੇ ਸਰੀਰ ਨੂੰ ਆਪਾਂ,
ਤਾਂ ਉਹੀ ਗੱਲ ਤੁਸੀਂ ਕਹਿ ਰਹੇ ਹੋ ਕਿ 6 ਮਹੀਨੇ ਤਾਂ ਘੱਟੋ ਘੱਟ ਲਾ ਕੇ ਚੱਲੋ ਕਿ ਤੁਹਾਨੂੰ ਪਤਾ ਲੱਗੇ ਤੁਹਾਡਾ ਸਰੀਰ ਹੈ ਕਿਹੋ ਜਿਹਾ, ਪਤਾ ਲੱਗੂਗਾ। ਉਦੋਂ ਬਾਅਦ ਦੇ ਵਿੱਚ ਫਿਰ ਤੁਹਾਡਾ ਜਦੋਂ ਕੋਈ ਏਮ ਆ ਤੁਹਾਡਾ, ਕੋਈ ਤੁਹਾਡੀ ਵਿਜ਼ਨ ਕਲੀਅਰ ਹੋ ਗਈ ਵੀ ਮੈਂ ਇੱਦਾਂ ਦੀ ਲੁੱਕ ਰੱਖਣੀ ਆ, ਫਿਰ ਉਹਦੇ ਵਿੱਚ ਜੋ ਸਪਲੀਮੈਂਟ ਐਡ ਆਨ ਹੋਣਗੇ ਉਹਦੇ ਵਿੱਚ ਪ੍ਰੋਟੀਨ ਵੀ ਐਡ ਆਨ ਹੋਊਗਾ। ਪ੍ਰੋਟੀਨ ਕੋਈ ਗਲਤ ਨਹੀਂ ਗਾ, ਦੁੱਧ ਤੋਂ ਬਣਿਆ ਹੋਇਆ ਸਪਲੀਮੈਂਟ ਵਧੀਆ। ਉਹ ਵੀ ਫਿਰ ਇੱਦਾਂ ਨਹੀਂ ਗਾ ਵੀ ਤੁਸੀਂ ਪ੍ਰੋਟੀਨ ਹੀ ਲੈਣ ਲੱਗ ਗਏ ਡਾਈਟ ਭੁੱਲ ਗਏ। ਉਹ ਇੱਕ ਤੁਹਾਡਾ ਹੈਲਪ ਕਰਦਾ ਤੁਹਾਡੇ ਗੋਲ ਨੂੰ ਅਚੀਵ ਕਰਨ ਲਈ, ਨਾ ਕਿ ਤੁਸੀਂ ਇਹਦੇ ਵਿੱਚ ਇਹ ਕਹੋ ਕਿ ਉਹ ਜਾਦੂ ਹੈ ਜਾਂ ਕੁਛ ਹੋਰ, ਬਟ ਉਹ ਲੈਣਾ ਕਿੰਨਾ, ਕਿੰਨੀ ਉਹਦੀ ਲਿਮਿਟ ਰੱਖਣੀ ਹੈ, ਇਹ ਤੁਹਾਡਾ ਤੁਹਾਨੂੰ ਕੋਚ ਜਾਂ ਤੁਹਾਡਾ ਟ੍ਰੇਨਰ ਦੱਸੂਗਾ, ਆਪਣੇ ਦਿਮਾਗ ਨਾਲ ਨਾ ਚੱਲੋ। ਅੱਛਾ, ਇਹ ਬੜਾ ਇੰਪੋਰਟੈਂਟ ਸਵਾਲ ਹੈ ਜਿਹੜਾ ਤੁਸੀਂ ਕਿਹਾ ਪ੍ਰੋਟੀਨ ਦਾ। ਪ੍ਰੋਟੀਨ ਮੈਂ ਹਮੇਸ਼ਾ ਤੋਂ ਇਹ ਸੁਣਦਾ ਆਇਆ ਕਿ ਤੁਸੀਂ ਨੈਚੁਰਲ ਪ੍ਰੋਟੀਨ ਲਓ, ਤੁਸੀਂ ਆਰਟੀਫਿਸ਼ਲ ਪ੍ਰੋਟੀਨ ਨਾ ਲਓ, ਕਿਉਂਕਿ ਆਰਟੀਫਿਸ਼ਲ ਪ੍ਰੋਟੀਨ ਜਦੋਂ ਰਹਿ ਜਾਂਦਾ ਬਾਅਦ 'ਚ ਜਿਮ ਛੱਡੋਗੇ ਤਾਂ ਫੈਟ 'ਚ ਕਨਵਰਟ ਹੋ ਜਾਂਦਾ, ਬੜੀ ਪ੍ਰੋਬਲਮ ਹੁੰਦੀ ਹੈ, ਇਸ ਕਰਕੇ ਇਹ 'ਚ ਕਿੰਨੀ ਕੁ ਸੱਚਾਈ ਹੈ? ਨਹੀਂ, ਪ੍ਰੋਟੀਨ ਕਦੇ ਵੀ ਆਪਾਂ ਨੂੰ ਫੈਟ 'ਚ ਕਨਵਰਟ ਨਹੀਂ ਹੁੰਦਾ। ਤੁਸੀਂ ਹੁਣ ਇਹ ਮਿੱਥ ਹੈ ਫਿਰ, ਵਧੀਆ ਵਧੀਆ ਗੱਲ ਕੀਤੀ ਹੈ ਤੁਸੀਂ ਵੀ ਜਦੋਂ ਜਿਮ ਛੱਡ ਦਿੰਦੇ ਹਾਂ, ਦੇਖੋ ਜਦੋਂ ਜਿਮ ਛੱਡਦੇ ਆਪਾਂ ਕੀ ਕਰਦੇ ਹਾਂ, ਆਪਾਂ ਸਭ ਕੁਛ ਹੀ ਛੱਡ ਦਿੰਦੇ ਹਾਂ, ਡਾਈਟ ਵੀ ਛੱਡਤੀ, ਐਕਸਰਸਾਈਜ਼ ਵੀ ਛੱਡਤੀ, ਸਪਲੀਮੈਂਟ ਵੀ ਛੱਡਤੇ। ਹੁਣ ਇੱਕ ਬੋਡੀ ਨੇ ਇੱਕ ਲੈਵਲ ਦੇਖ ਲਿਆ, ਤੁਸੀਂ ਇੱਕਦਮ ਹੀ ਉਹਨੂੰ ਡਰੋਪ ਕਰਤਾ, ਉਹ ਤੁਹਾਡੇ ਸਪਲੀਮੈਂਟ ਨੇ ਤੁਹਾਨੂੰ ਫੈਟ ਨਹੀਂ ਦਿੱਤੀ, ਉਦੋਂ ਬਾਅਦ ਦੇ ਵਿੱਚ ਤੁਹਾਡੀ ਡਾਈਟ ਕੀ ਚੱਲਣ ਲੱਗ ਗਈ? ਜਿਮ ਦੀ ਡਾਈਟ ਤਾਂ ਤੁਸੀਂ ਭੁੱਲ ਗਏ, ਖਾਈ ਨਹੀਂ ਰਹੇ, ਖਾਧੀ ਨਹੀਂ ਜਾਣੀ, ਜਦ ਵਰਕਆਊਟ ਨਹੀਂ ਹੋ ਰਿਹਾ ਤੁਹਾਡੇ ਹਜਮ ਨਹੀਂ ਹੋਣੀ, ਡਾਈਜੈਸਟ ਨਹੀਂ ਹੋਣੀ, ਜੋ ਉੱਪਰੋਂ ਡਾਈਟ ਲੈ ਰਹੇ ਹੋ ਉਹ ਬੋਡੀ ਨੇ ਅਸੈਪਟ ਹੀ ਨਹੀਂ ਕੀਤੀ। ਕਿਉਂ? ਬੋਡੀ ਤਾਂ ਕਲੀਨ ਡਾਈਟ 'ਤੇ ਲੱਗੀ ਹੋਈ ਹੈ ਨਾ, ਪਿਛਲੇ 6-8 ਮਹੀਨਿਆਂ ਤੋਂ, ਜਾਂ ਜਿੰਨਾ ਟਾਈਮ ਤੁਸੀਂ ਵਰਕਆਊਟ ਕੀਤਾ। ਉਹ ਜਿਹੜੀ ਤੁਸੀਂ ਨਵੀਂ ਡਾਈਟ ਹੁਣ ਰੂਟੀਨ ਦੀ ਲੈਣੀ ਸ਼ੁਰੂ ਕਰਤੀ, ਉਹ ਤੁਹਾਡੀ ਫੈਟ ਨੇ ਕਨਵਰਟ ਹੋਣਾ ਸ਼ੁਰੂ ਹੋ ਗਈ ਬੋਡੀ ਦੇ ਵਿੱਚ। ਪ੍ਰੋਟੀਨ ਕਦੇ ਫੈਟ ਨਹੀਂ ਕਰਦੇ, ਪ੍ਰੋਟੀਨ ਤਾਂ ਮਸਲ ਨੂੰ ਰਿਕਵਰ ਕਰਦੇ ਨੇ, ਟੁੱਟੇ ਹੋਏ ਜਿਹੜੇ ਮਸਲ ਸੈੱਲ ਨੇ ਆਪਣੇ ਬ੍ਰੇਕ ਡਾਊਨ ਹੁੰਦੇ ਨੇ ਐਕਸਰਸਾਈਜ਼ ਦੇ ਟਾਈਮ, ਉਹਨੂੰ ਰਿਕਵਰ ਕਰਦਾ। ਅਦਰਵਾਈਜ਼ ਪ੍ਰੋਟੀਨ ਦੇ ਵਿੱਚ ਹੋਰ ਇੱਦਾਂ ਨਹੀਂ ਕੋਈ ਮੈਨੂੰ ਮੋਟਾ ਕਰਦਾ, ਸ਼ਰਤ ਇਹ ਹੈ ਕਿ ਪ੍ਰੋਟੀਨ ਤੁਹਾਡੇ ਜੈਨੂਨ ਹੋਣੇ ਚਾਹੀਦੇ ਨੇ। ਅੱਛਾ, ਮੈਨੂੰ ਇੱਕ ਗੱਲ ਦੱਸੋ, ਹੁਣ ਜਿਵੇਂ ਮੇਰਾ ਸਰੀਰ ਹੈ, ਮੈਂ ਜਿਮ ਸ਼ੁਰੂ ਕੀਤੀ ਹੋਈ ਕੁਛ ਸਮਾਂ ਹੋਇਆ, ਮੈਨੂੰ ਕਿਹਾ ਜਾਂਦਾ ਕਿ ਅੰਡੇ ਜਿੰਨੇ ਮਰਜ਼ੀ ਖਾ ਲਓ ਤੁਸੀਂ, ਹੈ ਨਾ, ਪਰ ਯੈਲੋ ਪਾਰਟ ਨਹੀਂ ਖਾਣਾ ਹੁੰਦਾ, 4 ਤੋਂ ਵੱਧ ਕਿਹਾ ਜਾਂਦਾ, ਕਿੰਨੇ ਘੰਟੇ ਖਾਣੇ ਚਾਹੀਦੇ ਨੇ, ਕਿੰਨਾ ਕੁ ਪ੍ਰੋਟੀਨ ਜਿਹੜਾ ਇੱਕ ਆਮ ਇਨਸਾਨ ਨੂੰ, 5-8 ਹਾਈਟ ਦੇ ਇਨਸਾਨ ਨੂੰ ਜਿਹਦਾ ਵੇਟ 75 kgs ਹੈ, ਉਹਨੂੰ ਕਿੰਨਾ ਕੁ ਜਿਹੜਾ ਪ੍ਰੋਟੀਨ ਖਾਣਾ ਚਾਹੀਦਾ, ਕਿੰਨੇ ਘੰਟੇ ਖਾ ਲੈਣੇ ਚਾਹੀਦੇ? ਹੁਣ ਪਹਿਲਾਂ ਤਾਂ ਤੁਸੀਂ ਬੜਾ ਵਧੀਆ ਕੁਐਸਚਨ ਕੀਤਾ, ਪਹਿਲਾਂ ਤਾਂ ਤੁਹਾਨੂੰ ਮਾਇੰਡ 'ਚ ਇਹ ਪਿਕਚਰ ਕਲੀਅਰ ਹੋਣੀ ਚਾਹੀਦੀ, ਤੁਸੀਂ ਆਪਣੀ ਲੁੱਕ ਰੱਖਣੀ ਕਿੱਦਾਂ ਦੀ ਹੈ, ਤੁਸੀਂ ਚਾਹੁੰਦੇ ਕੀ ਹੋ, ਵੀ ਮੈਂ ਲੀਨ ਬੋਡੀ ਰੱਖਣੀ ਹੈ, ਮੇਰੇ 'ਤੇ ਫੈਟ ਨਾ ਹੋਵੇ, ਮੇਰੇ ਟੀ ਸ਼ਰਟ ਨਾ ਪਾਈਆਂ ਸੋਹਣੀਆਂ ਲੱਗਣ, ਇਹ ਇੰਨਾ ਕੀ ਗੋਲ ਹੈ ਆਪਣਾ, ਯਾਨੀ ਉਹ ਧੁੰਨੀ ਤੋਂ ਨੀਚੇ ਪੈਂਟ ਅੰਦਰ ਨੂੰ ਨਡਿੱਗੇ ਜਾ ਕੇ ਕਿ ਕੋਈ ਖਿੱਚਦੇ, ਇੰਨੀ ਹੋਵੇ ਕਿ ਉੱਤੇ ਤੱਕ ਵਧੀਆ ਰਹੇ, ਵਧੀਆ ਰਹੇ। ਹੁਣ ਇਹਦੇ ਵਿੱਚ ਤੁਹਾਡਾ ਜਿਹੜਾ ਡਾਈਟ ਹੈ, ਡਾਈਟ ਦੇ ਵਿੱਚ ਤੁਹਾਡੀ ਦੇ ਵਿੱਚ ਤੁਹਾਡੇ ਜਿਹੜੇ ਕਾਰਬੋਹਾਈਡਰੇਟ ਨੇ ਉਹ ਮੋਡਰੇਟ ਹੋਣੇ ਚਾਹੀਦੇ, ਛੱਡਣੇ ਨਹੀਂ ਗੇ। ਜੇ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਜੀ ਬਿਲਕੁਲ ਇਹਨੂੰ ਜ਼ੀਰੋ ਕਰ ਦਿਓ, ਜਿਹੜਾ ਤੁਹਾਡਾ ਪ੍ਰੋਟੀਨ ਇਨਟੇਕ ਹੈ ਉਹ ਕੋਸ਼ਿਸ਼ ਕਰੋ ਨੈਚੁਰਲ ਡਾਈਟ ਤੋਂ ਵੱਧ ਲਿਆ ਜਾਵੇ, ਬਟ ਇਹਦਾ ਮਤਲਬ ਇਹ ਨਹੀਂ ਮੈਂ ਤੁਹਾਨੂੰ ਕਹਾਂ ਵੀ ਤੁਸੀਂ 30-30 ਅੰਡੇ ਖਾਓ, 20-20 ਅੰਡੇ ਖਾਓ, ਖਾਣੇ ਪੈਣੇ ਇਹਨੇ ਵੈਸੇ। ਨਹੀਂ ਨਹੀਂ ਨਹੀਂ, ਬੋਡੀ ਦੇਖੋ ਇੱਕ ਟਾਈਮ 'ਤੇ 25-30 ਗ੍ਰਾਮ ਪ੍ਰੋਟੀਨ ਹੀ ਯੂਜ਼ ਕਰਦੀ ਹੈ, ਚਾਹੇ ਤੁਸੀਂ ਇੱਕ ਟਾਈਮ 'ਤੇ 15 ਅੰਡੇ ਖਾ ਲਓ ਚਾਹੇ 20 ਅੰਡੇ ਖਾ ਲਓ, ਉਹਨੇ ਉਨਾ ਹੀ ਪੋਸ਼ਨ ਚੱਕਣਾ ਜਿੰਨੀ ਉਹਨੂੰ ਨੀਡ ਹੈ। ਤਾਂ ਹੀ ਅਸੀਂ ਡਿਵਾਈਡ ਕਰਦੇ ਹਾਂ ਨਾ ਵੀ 5-6 ਮੀਲ ਕਿਉਂ ਖਾਂਦਾ ਇੱਕ ਜਿਮ ਵਾਲਾ ਬੰਦਾ ਜਿਹਦੀ ਵਧੀਆ ਬੋਡੀ ਹੈ, 2-2-3-3 ਘੰਟੇ ਦੇ ਗੈਪ ਆ, ਗੈਪ ਕਹਿੰਦਾ ਜਾਂਦਾ, ਉਹ ਇਸੇ ਲਈ ਖਾਂਦੇ ਆ ਕਿ 3 ਘੰਟੇ ਬਾਅਦ ਆ ਜਿਹੜਾ ਗੈਪ ਉਹ ਇੱਕ ਵਿੰਡੋ ਹੈ ਬੋਡੀ ਦੀ, 3 ਘੰਟੇ 'ਚ ਬੋਡੀ ਨੇ ਜਿੰਨਾ ਪ੍ਰੋਟੀਨ ਕਾਰਬਜ਼ ਉਹਨੂੰ ਚਾਹੀਦੇ ਆ ਮਸਲ ਉਹਨੇ ਲੈ ਲਏ, ਉਦੋਂ ਬਾਅਦ ਦੇ ਵਿੱਚ ਦੁਬਾਰਾ ਡਾਈਟ ਦਿੱਤੀ, ਫਿਰ ਲੈ, ਫਿਰ ਰਿਪੀਟ ਕੀਤੀ। ਇੱਕ ਟਾਈਮ ਦੇ ਉੱਤੇ ਜੇ ਤੁਸੀਂ ਕਹੋ ਵੀ ਤੁਸੀਂ ਆਪਣੇ ਮਨ ਨੂੰ ਸਮਝਾ ਲਓ ਵੀ 15 ਅੰਡੇ ਤਾਂ ਮੈਂ ਖਾ ਲਏ, ਮੈਨੂੰ ਇੰਨਾ ਪ੍ਰੋਟੀਨ ਮਿਲ ਗਿਆ, ਉਹ ਤੁਹਾਨੂੰ ਪ੍ਰੋਟੀਨ ਨਹੀਂ ਮਿਲਿਆ, 15 ਅੰਡਿਆਂ 'ਚ ਤੁਸੀਂ 50 ਗ੍ਰਾਮ ਪ੍ਰੋਟੀਨ ਦੇਤਾ ਬੋਡੀ ਨੂੰ, 40 ਗ੍ਰਾਮ ਪ੍ਰੋਟੀਨ ਦੇਤਾ, ਇੱਕਦਮ ਬੋਡੀ ਨੇ ਇੱਕੋ ਟਾਈਮ 'ਤੇ ਤੁਹਾਡੀ ਡਾਈਜੈਸ਼ਨ ਕਿੱਦਾਂ ਦਾ, ਤੁਹਾਡਾ ਮੈਟਾਬੋਲਿਕ ਰੇਟ ਕਿੱਦਾਂ ਦਾ,
ਉਹਦੇ ਅਕੋਰਡਿੰਗ ਹੀ ਚੱਕਣਾ ਉਹ, ਹੁਣ ਚਾਹੇ 15 ਗ੍ਰਾਮ ਚੱਕੇ, ਚਾਹੇ 20 ਚੱਕੇ, ਚਾਹੇ 25 ਚੱਕੇ, ਜਿਹੜਾ ਬਾਕੀ ਵੱਜ ਗਿਆ ਉਹ ਵੇਸਟ ਹੈ, ਉਹ ਤੁਹਾਡੀ ਬੋਡੀ ਨੇ ਵੇਸਟ ਦੇ ਥਰੂ ਤੁਹਾਡਾ ਯੂਰਿਨ ਥਰੂ ਪਾਸ ਕਰ ਦੇਣਾ ਜਾਂ ਉਹ ਤੁਹਾਡਾ ਕਿਡਨੀ 'ਚ ਰਹਿ ਜਾਣਾ। ਅੱਛਾ, ਮੇਰੇ ਕੋਲ ਨਾ ਜ਼ਰੂਰ ਹੁਣ ਅਸੀਂ ਗੱਲ ਕਰ ਹੀ ਰਹੇ ਹਾਂ, ਮੈਂ ਇੱਕ ਵਾਰ ਦਿਖਾ ਵੀ ਦਿੰਦਾ। ਹਾਂਜੀ, ਜੋ ਮੇਰੇ ਕੋਲ ਡਾਇਟ ਪਲਾਨ ਹੈ ਉਹ ਮੇਰੇ ਬੋਡੀ ਦੇ ਹਿਸਾਬ ਨਾਲ, ਮੈਂ ਇਸ ਕਰਕੇ ਦੱਸੂੰਗਾ, ਜੋ ਮੇਰੇ ਕੋਲ ਡਾਇਟ ਪਲਾਨ ਆਇਆ ਜਾਂ ਫਿਰ ਐਕਸਰਸਾਈਜ਼ ਪਲਾਨ ਹੈ, ਉਹ ਐਂ ਕਹਿੰਦੇ ਕਿ ਮੇਰਾ ਜਿਹੜਾ ਪਹਿਲਾ ਦਿਨ ਹੋਏਗਾ ਉਹਦੇ ਵਿੱਚ ਜੰਪਿੰਗ ਜੈਕਸ ਹੈਗੀ ਹੈ 50-50, 60-60 ਕਰਨੇ ਹੈ, ਫਿਰ ਕਰਨੇ ਹੈ ਪਲੈਂਕ ਕਰਨੇ ਹੈ, ਫਿਰ ਸਟੈਂਡਿੰਗ ਰਨ ਕਰਨੇ 1 ਮਿੰਟ, ਸਕਿਪਿੰਗ ਕਰਨੀ ਹੈ, ਬਾਰਬਲ ਕਰਲਸ ਕਰਨੇ ਨੇ, ਫਿਰ ਡੀਬੀ ਕਰਲਸ ਕਰਨੇ ਹੈ, ਟ੍ਰਾਈਸੈਪ ਪੁਸ਼ ਡਾਊਨ ਕਰਨੇ ਨੇ, ਯਾਨੀ ਇਟਸ ਆ ਮਿਕਸਚਰ ਕਹਿ ਸਕਦੇ ਹਾਂ, ਇੱਕ ਪਾਸੇ ਜਿਮ ਵੀ ਹੈ ਅਤੇ ਦੂਜੇ ਪਾਸੇ ਕਾਰਡੀਓ ਵੀ ਹੈ। ਦੂਸਰੇ ਦਿਨ ਵੀ ਇਸੇ ਤਰੀਕੇ ਨਾਲ ਜੰਪਿੰਗ ਜੈਕਸ ਹੈਗਾ, ਫਿਰ ਬਰਫੀਜ਼ ਹੈ, ਉਸ ਤੋਂ ਇਲਾਵਾ ਆਪਣਾ ਵੇਟਡ ਬੈਕ ਹਾਈ ਨੀਜ਼ ਹੈਗਾ, ਸਾਈਕਲਿੰਗ ਕਰਨੀ ਹੈ ਨਾਲ, ਕਿਉਂਕਿ ਸਾਈਕਲਿੰਗ ਦਾ ਤੁਹਾਡਾ ਇੱਧਰ ਅਸਰ ਪੈਂਦਾ। ਇਸ ਤਰੀਕੇ ਦਾ ਜੇ ਤੀਸਰੇ ਦਿਨ ਦੀ ਗੱਲ ਕਰ ਲਈਏ, ਲੈਟ ਪੁੱਲ ਡਾਊਨ ਹੈ, ਸੀਟਡ ਰੋਇੰਗ ਹੈ, ਰੋਇੰਗ ਅੱਜ ਕੱਲ੍ਹ ਬਹੁਤ ਨਵਾਂ ਰਿਵਾਜ਼ ਹੈ ਕਰਨ ਦਾ। ਤੁਹਾਡੇ ਸ਼ਡਿਊਲ ਦੇ ਵਿੱਚ ਜੋ ਵੀ ਤੁਹਾਡਾ ਸਕੈਜੂਲ ਸੈੱਟ ਕੀਤਾ ਹੋਇਆ, ਤੁਹਾਡਾ ਸਕੈਜੂਲ ਉਹਨੇ ਇਸ ਹਿਸਾਬ ਦਾ ਸੈੱਟ ਕੀਤਾ ਹੋਇਆ ਕਿ ਸਟਰੈਂਥ ਟ੍ਰੇਨਿੰਗ ਦੇ ਨਾਲ ਨਾਲ ਤੁਹਾਡੀ ਫੰਕਸ਼ਨਲ ਟ੍ਰੇਨਿੰਗ ਵੀ ਰੱਖੀ ਹੋਈ ਹੈ, ਜਿਨ੍ਹਾਂ ਨੂੰ ਅਸੀਂ HIIT ਕਹਿ ਦਿੰਦੇ ਹਾਂ, ਹਾਈ ਇੰਟਰਵਲ ਇੰਟੈਂਸਿਟੀ ਜਿਹੜੇ ਪ੍ਰੋਗਰਾਮ ਹੁੰਦੇ ਨੇ, HIIT ਕਹਿ ਦਿੰਦੇ ਉਹਨਾਂ, HIIT। ਅੱਛਾ, ਜਿਹਦੇ ਵਿੱਚ ਕਿ ਉਹ ਡਰ ਲੱਗਦਾ ਸੁਣਦੇ ਹੋਏ, HIV ਸੁਣ ਜਾਂਦੇ ਨੇ, HIIT ਉਹਨੂੰ ਕਹਿੰਦੇ ਨੇ, ਹਾਈ ਇੰਟੈਂਸਿਟੀ ਓਕੇ ਇਹ ਪ੍ਰੋਗਰਾਮ ਚੱਲਦੇ ਨੇ, ਜਿਹਦੇ ਵਿੱਚ ਕਿ 5-6 ਐਕਸਰਸਾਈਜ਼ ਦਾ ਇੱਕ ਸੈੱਟ ਬਣਦਾ ਵਿਦਆਊਟ ਰੈਸਟ, ਉਹਦੇ ਵਿੱਚ ਰੈਪੀਟੇਸ਼ਨ 15-20 ਹੋ ਜਾਂਦੇ ਨੇ, ਸਟਰੈਂਥ ਟ੍ਰੇਨਿੰਗ ਦੇ ਨਾਲ ਚੱਲਦੀ ਹੈ। ਜਿੱਦਾਂ ਤੁਹਾਡੀ ਪਹਿਲਾਂ ਤੁਸੀਂ ਸਟਰੈਂਥ ਵਰਕਆਊਟ ਕੀਤਾ ਵਧੀਆ, ਤੁਹਾਡੇ ਐਕਸਰਸਾਈਜ਼ ਫਿਨਿਸ਼ ਹੋਈ, ਉਦੋਂ ਬਾਅਦ ਤੁਹਾਡੀ ਇਹ ਫੰਕਸ਼ਨਲ ਸੈੱਟ ਆ ਗਏ ਜੋ ਤੁਹਾਡੇ ਦੇ ਤੁਸੀਂ ਦੱਸਿਆ ਮੈਨੂੰ, ਇਹ ਤੁਹਾਨੂੰ ਹੈਲਪ ਕਰਦੇ ਆ ਵੇਟ ਲੋਸ ਕਰਨ ਦੇ ਵਿੱਚ। ਤੁਹਾਡਾ ਮੈਟਾਬੋਲਿਕ ਜਿੰਨਾ ਫਾਸਟ ਹੋਊਗਾ ਵਧੀਆ ਹੋਊਗਾ, ਉਨਾ ਹੀ ਤੁਹਾਡਾ ਪੂਰੇ ਦਿਨ ਦੀ ਐਕਟੀਵਿਟੀ ਤੁਹਾਡੀ ਫੈਟ ਬਰਨ ਬੋਡੀ ਕਰਦੀ ਰਹੂਗੀ। ਬਟ ਹੁਣ ਇਹਦੇ ਵਿੱਚ ਤੁਸੀਂ ਇਹ ਦੇਖਣਾ ਤੁਹਾਡੀ ਡਾਇਟ ਕਿੱਦਾਂ ਦੀ ਆ, ਬਟ ਇਹ ਨਹੀਂ ਵੀ ਤੁਸੀਂ ਹੁਣ ਆਂਡੇ ਇੰਨੇ ਖਾ ਲੈਣੇ ਨੇ, ਹਾਈ ਪ੍ਰੋਟੀਨ ਇੰਨਾ ਵੀ ਨਹੀਂ ਰੱਖਣਾ। ਪਹਿਲਾਂ ਬੋਡੀ ਨੂੰ ਯੂਜ਼ ਟੂ ਕਰੋ ਥੋੜ੍ਹੀ ਥੋੜ੍ਹੀ ਡਾਇਟ ਦੇ ਨਾਲ, ਥੋੜ੍ਹੀ ਥੋੜ੍ਹੀ ਐਕਸਰਸਾਈਜ਼ ਦੇ ਨਾਲ, ਮੋਡਰੇਟ ਵੇਟ ਰੱਖਣਾ ਬੋਡੀ 'ਤੇ, ਇੰਨਾ ਕਿਉਂ ਨਹੀਂ ਆਪਾਂ ਇੰਜਰ ਹੋ ਕੇ ਆਈਏ ਜਾਂ ਬੋਡੀ ਇੰਨੀ ਕੁ ਥੱਕ ਜਾਵੇ, 2 ਦਿਨ 1 ਵੀਕ ਲਾ ਕੇ ਅਗਲਾ ਵੀਕ ਜਾਣ ਨੂੰ ਦਿਲ ਨਾ ਕਰੇ। ਹੁਣ ਇਹੀ ਤੁਸੀਂ ਗੱਲ ਜਿਹੜੀ ਕੀਤੀ, ਮੈਂ ਇਹੀ ਗੱਲ ਫੜਨੀ ਹੈ। ਹਾਂਜੀ, ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਤੁਹਾਨੂੰ ਵੀ ਪਤਾ ਹੋਏਗੀ, ਤੁਸੀਂ ਕਹੋਗੇ ਕਿ ਵਾਕਈ ਵਧੀਆ ਸਵਾਲ ਹੈ, ਇੱਕ ਤਾਂ ਅਸੀਂ ਰੈਸਟਲੈਸ ਹੋ ਕੇ ਜਿਮ ਕਰਦੇ ਹਾਂ, ਜਿਮ ਤੋਂ ਬਾਅਦ ਹਾਰਟ ਬੀਟ ਜਿਹੜੀ ਹਾਰਟ ਬੀਟ ਹੁੰਦੀ ਉਹ ਬਹੁਤ ਤੇਜ਼ ਹੋ ਜਾਂਦੀ ਹੈ। ਹਾਂਜੀ, ਕੀ ਇਹ ਕਾਰਨ ਹੈ? ਕਈ ਵਾਰੀ ਅਸੀਂ ਇਹ ਦੇਖਿਆ ਹੈ ਕਿ ਹਾਲੀ 'ਚ ਯੂਪੀ ਬਿਹਾਰ ਦਾ ਕੇਸ ਸੀਗਾ, 19 ਸਾਲ ਦਾ ਮੁੰਡਾ ਜਿਹੜਾ ਹੈ ਉਹਦੀ ਡੈਥ ਹੋ ਗਈ, ਉਹਨੂੰ ਹਾਰਟ ਅਟੈਕ ਆ ਗਿਆ ਜਿਮ ਦੇ ਅੰਦਰ। ਜਾਂ ਕਈ ਵਾਰ ਇਹੋ ਜਿਹੜੇ ਉਹ ਕੇਸਿਸ ਸਾਹਮਣੇ ਆਉਂਦੇ ਨੇ, ਕਿਸੇ ਨੂੰ ਬ੍ਰੇਨ ਹੈਮਰੇਜ ਹੋ ਗਿਆ, ਜ਼ਿਆਦਾਤਰ ਹਾਰਟ ਅਟੈਕ ਦੇ ਕੇਸਿਸ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ। ਜਿਮ ਨੂੰ ਡੀਫੇਮ ਬੜਾ ਕੀਤਾ ਗਿਆ ਇਸ ਚੀਜ਼ ਨੂੰ ਲੈ ਕੇ, ਕਿ ਇਹ ਜਿਮ ਦਾ ਕਸੂਰ ਹੈ ਜਾਂ ਕੋਈ ਵੈਸੇ ਕਸੂਰ ਹੈ? ਨਹੀਂ, ਇੱਦਾਂ ਨਹੀਂ ਹੁੰਦਾ। ਦੇਖੋ, ਇੰਡੀਆ ਦੇ ਵਿੱਚ ਜਿਮ ਨੂੰ ਜ਼ਿਆਦਾ ਪ੍ਰਮੋਟ ਹੀ ਨਹੀਂ ਕੀਤਾ ਜਾਂਦਾ। ਪ੍ਰਮੋਸ਼ਨ ਹੁੰਦੀ ਹੈ ਸਪਲੀਮੈਂਟੇਸ਼ਨ ਦੀ ਜਾਂ ਮਸ਼ੀਨਾਂ ਦੀ, ਜਿਮ ਦੀਆਂ ਦੀ, ਜਿਹਦੇ ਵਿੱਚ ਪੈਸਾ ਜ਼ਿਆਦਾ ਇਨਵੋਲਵ ਹੁੰਦਾ, ਕਿਉਂਕਿ ਗਲੋਬਲ ਹੈ, ਵੱਡੀ ਕੰਪਨੀਜ਼ ਨੇ ਮਾਰਕੀਟਿੰਗ ਹੀ ਇੱਦਾਂ ਦੀਆਂ ਕਰਦੀਆਂ ਨੇ। ਜਿਮ ਦੇ ਵਿੱਚ ਜਦੋਂ ਤੁਸੀਂ ਵਰਕਆਊਟ ਕਰਦੇ ਹੋ, ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਜਿਮ ਨੂੰ ਜੁਆਇਨ ਕਰਦੇ ਹੋ ਤਾਂ ਤੁਹਾਨੂੰ ਤੁਹਾਡੀ ਬੋਡੀ ਦੇ ਟੈਸਟ ਪਹਿਲਾਂ ਪ੍ਰੋਪਰ ਕਰਵਾਓ, ਓਵਰਆਲ ਬੋਡੀ ਦਾ ਪਤਾ ਤਾਂ ਹੋਵੇ ਨਾ, ਤੁਹਾਡੀ ਬੋਡੀ ਦੇ ਔਰਗਨ ਕਿੱਥੇ ਖੜੇ ਨੇ। ਇਹ ਤੁਹਾਨੂੰ ਤੁਹਾਡਾ ਜਿਹੜਾ ਵਧੀਆ ਕੋਚ ਆ ਜਾਂ ਤੁਹਾਡਾ ਕੋਈ ਟ੍ਰੇਨਰ ਆ ਉਹੀ ਤੁਹਾਨੂੰ ਰੈਕਮੈਂਡ ਕਰ ਸਕਦਾ। ਬਿਨਾਂ ਆਪਣੀ ਮਰਜ਼ੀ ਦੇ ਕੋਈ ਐਕਸਰਸਾਈਜ਼ ਨਹੀਂ ਤੁਸੀਂ ਕਰਨੀ ਉੱਥੇ, ਕੋਈ ਡਾਇਟ ਦੇ ਫੰਡੇ 'ਚ ਨਹੀਂ ਪੈਣਾ, ਕੋਈ ਤੁਰੇ ਜਾਂਦੇ ਸ਼ੋਪ ਤੋਂ ਕੋਈ ਤੁਹਾਨੂੰ ਸ਼ੋਪਕੀਪਰ ਕਹਿ ਦੇਵੇ ਆਹ ਵਧੀਆ ਤੁਹਾਡੀ ਬੋਡੀ ਨੂੰ ਪ੍ਰੋਡਕਟ ਲੈ ਲਓ, ਆਹ ਲੈ ਲਓ, ਉੱਦਾਂ ਦਾ ਕੁਛ ਨਹੀਂ ਖਾਣਾ। ਸਭ ਤੋਂ ਪਹਿਲਾਂ ਆਪਣਾ ਮੈਡੀਕਲ ਟੈਸਟ ਜ਼ਰੂਰ ਕਰਾਓ ਜੀ, ਤੁਹਾਡਾ ਹਾਰਟ, ਤੁਹਾਡਾ ਕੋਲੈਸਟ੍ਰੋਲ, ਤੁਹਾਡੇ ਲਿਵਰ ਦੇ, ਕਿਡਨੀ ਦੇ, ਓਵਰਆਲ ਬੋਡੀ ਦੇ ਸਾਰੇ ਟੈਸਟ ਹੋ ਜਾਣ। ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਤੁਹਾਡੇ ਔਰਗਨ ਖੜ੍ਹੇ ਕਿੱਥੇ ਨੇ। ਤੁਸੀਂ ਫਿੱਟ ਹੋ ਤਾਂ ਤੁਸੀਂ ਹੈਵੀ ਵਰਕਆਊਟ ਵੱਲ ਜਾ ਸਕਦੇ ਹੋ, ਤੁਹਾਨੂੰ ਕੋਈ ਇਸ਼ੂਜ਼ ਨੇ ਪਹਿਲਾਂ ਉਹ ਇਸ਼ੂਜ਼ ਨੂੰ ਕਲੀਅਰ ਕਰੋ, ਥੋੜ੍ਹੀ ਮੈਡੀਸਨ ਨੇ ਕਰ ਦੇਣੇ ਆ,
ਜ਼ਿਆਦਾ ਤੁਹਾਨੂੰ ਵਰਕਆਊਟ ਨਹੀਂ ਕਰਦੇ ਨੇ। ਜਿਮ ਦੇ ਵਿੱਚ ਜੇ ਹਾਰਟ ਅਟੈਕ ਆਇਆ ਤਾਂ ਇਹਦਾ ਮਤਲਬ ਇਹ ਨਹੀਂ ਗਾ ਵੀ ਜਿਮ ਨੇ ਉਹਨੂੰ ਹਾਰਟ ਅਟੈਕ ਲੈ ਕੇ ਆਉਂਦਾ, ਜਦਕਿ ਜਦੋਂ ਵਰਕਆਊਟ ਕਰਦੇ ਹਾਂ ਆਪਣੀ ਜਦੋਂ ਜਿਹੜੀ ਹਾਰਟ ਬੀਟ ਆ 130-135 'ਤੇ ਜਦੋਂ ਜਾਂਦੀ ਆ ਉਦੋਂ ਹੀ ਤੁਹਾਡਾ ਮੈਟਾਬੋਲਿਕ ਫਾਸਟ ਹੁੰਦਾ ਬੋਡੀ ਦਾ, ਉੱਥੇ ਹੀ ਰਿਜ਼ਲਟ ਆਉਣੇ ਸ਼ੁਰੂ ਹੋਣੇ ਨੇ ਬੋਡੀ ਨੂੰ। ਇਹਦੇ ਵਿੱਚ ਆਪਾਂ ਘਬਰਾਉਣਾ ਨਹੀਂ, ਡਰਨਾ ਨਹੀਂ, ਤੁਹਾਡੀ ਬੋਡੀ ਯੂਜ਼ ਟੂ ਹੋ ਰਹੀ ਆ, ਤੁਹਾਡੀ ਬੋਡੀ ਇੱਕ ਲੈਵਲ ਨੂੰ ਅਚੀਵ ਕਰ ਰਹੀ ਆ, ਬਟ ਬੋਡੀ ਨੂੰ ਇੰਨਾ ਕੁ ਪੁਸ਼ ਨਹੀਂ ਦੇਣਾ ਕਿ ਬੋਡੀ ਲੋੜ ਤੋਂ ਜ਼ਿਆਦਾ ਥੱਕ ਜਾਵੇ। ਇਸ ਕਰਕੇ ਇਹਨਾਂ ਦਾ ਕੋਈ ਇਹ ਮਿੱਥ ਨਹੀਂ ਵੀ ਜਿਮ ਦੇ ਵਿੱਚ ਵਰਕਆਊਟ ਕਰਦਿਆਂ ਨੂੰ ਹਾਰਟ ਅਟੈਕ ਮੁੰਡੇ ਨੂੰ ਆ ਗਿਆ। ਹਾਂ, ਪਤਾ ਹੋਵੇ ਵੀ ਉਹ ਬੱਚੇ ਨੂੰ ਹਾਰਟ ਅਟੈਕ ਆਉਣ ਦਾ ਰੀਜ਼ਨ ਕੋਈ ਹੋਰ ਤਾਂ ਨਹੀਂ, ਕੋਈ ਉਹ ਗਲਤ ਸਪਲੀਮੈਂਟ ਤਾਂ ਨਹੀਂ ਲੈ ਰਿਹਾ, ਕੋਈ ਉਹਨੂੰ ਕੁਛ ਇੱਦਾਂ ਦੀ ਕੋਈ ਮੈਡੀਸਿਨ ਤਾਂ ਨਹੀਂ ਕੋਈ ਪ੍ਰੋਵਾਈਡ ਕਰਵਾ ਦਿੱਤੀ ਗਈ, ਜਾਂ ਉਹਨੂੰ ਵੀ ਨਹੀਂ ਪਤਾ, ਜਾਂ ਉਹਦੀ ਫੈਮਿਲੀ ਨੂੰ ਵੀ ਨਹੀਂ ਪਤਾ, ਫਿਰ ਕੁਛ ਨਾ ਕੁਛ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ। ਅਦਰਵਾਈਜ਼ ਜਿਮ ਤਾਂ ਤੁਹਾਨੂੰ ਫਿੱਟ ਕਰਦੀ ਹੈ, ਜਿਮ ਹਾਰਟ ਅਟੈਕ ਨਹੀਂ ਲੈ ਕੇ ਆਊਗੀ। ਅੱਛਾ, ਇੱਕ ਸਵਾਲ ਹੋਰ ਵੀ ਹੈਗਾ, ਅੱਜ ਕੱਲ੍ਹ ਕੁਛ ਯੂਟਿਊਬਰਸ ਮੈਂ ਦੇਖ ਰਿਹਾ ਸੀਗਾ ਆਉਂਦੇ ਹੋਏ ਇੱਥੇ, ਮਤਲਬ ਹਾਸੋਹੀਣੀ ਗੱਲ ਵੀ ਹੈਗੀ ਹੈ ਜਾਂ ਕਿਉਂਕਿ ਮੈਂ ਵੀ ਜਿਮ ਕਰਦਾ ਮੈਨੂੰ ਥੋੜ੍ਹਾ ਜਿਹਾ ਹਾਸਾ ਵੀ ਆਇਆ, ਇਹਦੇ 'ਚ ਕਿੰਨੀ ਕੁ ਸੱਚਾਈ ਹੈ? ਜਿਹੜੇ ਇਸ ਵਕਤ ਟੀ ਵੀ ਦੇਖ ਰਹੇ ਹੋਣਗੇ ਉਹ ਸੋਚ ਰਹੇ ਹੋਣਗੇ, ਕਈ ਵਾਰੀ ਉਹ ਹੈਸ਼ਟੈਗ ਲਾਇਆ ਹੁੰਦਾ ਕਿ ਮੈਨੇ ਮੈਗੀ ਖਾ ਕੇ ਜਿਮ ਬਣਾ ਜੋ ਹੈ ਉਹ ਬੋਡੀ ਬਣਾ ਲਈ, ਕਿਤੇ ਲਿਖਿਆ ਹੁੰਦਾ ਮੈਨੇ ਚੋਕਲੇਟਸ ਖਾ ਕੇ ਜੋ ਹੈ ਬੋਡੀ ਬਣਾ ਲਈ, ਮੈਂ ਬੋਡੀ ਬਿਲਡਰ ਬਣ ਗਿਆ। ਮੈਗੀ ਖਾ ਕੇ ਮੈਂ ਚਲੋ ਨੂਡਲ ਖਾ ਕੇ ਇਹ ਹੋ ਸਕਦਾ? ਇਜ਼ ਇਟ ਪੋਸੀਬਲ ਕਿ ਤੁਸੀਂ ਇਸ ਤਰੀਕੇ ਦੀ ਬੋਡੀ ਬਣਾ ਸਕਦੇ ਹੋ? ਦੇਖੋ, ਹਾਸੋਹੀਣੀ ਗੱਲ ਤਾਂ ਹੈ ਜਿਵੇਂ ਤੁਸੀਂ ਕਿਹਾ, ਆਪਾਂ ਆਪ ਹੀ ਸੋਚੋ ਬਹਿ ਕੇ, ਤੁਸੀਂ ਜਿਮ ਜਾਂਦੇ ਹੋ, ਮੈਂ ਐਕਸਰਸਾਈਜ਼ ਕਰਦਾ, ਆਪਣੀ ਡਾਈਟ ਦੇ ਵਿੱਚ ਮੈਗੀ ਕਿਤੇ ਇਨਕਲੂਡ ਹੁੰਦੀ ਹੈ ਨਾ? ਆਪਣੀ ਡਾਈਟ ਦੇ ਵਿੱਚ ਕੀ ਇਨਕਲੂਡ ਹੁੰਦਾ? ਜਾਂ ਤਾਂ ਚਿਕਨ ਇਨਕਲੂਡ ਹੋਊਗਾ, ਜਾਂ ਟੋਫੂ, ਪਨੀਰ, ਫਿਸ਼, ਰੈੱਡ ਮੀਟ, ਸੋਇਆਬੀਨ, ਜਾਂ ਦਾਲਾਂ, ਰਾਈਸ, ਪੋਟੈਟੋ, ਡਰਾਈ ਫਰੂਟ, ਬੇਸਿਕ। ਜੇ ਹੁਣ ਮੈਗੀ ਖਾ ਕੇ ਬੋਡੀ ਬਣਦੀ ਹੋਊਗੀ, ਫਿਰ ਤਾਂ ਇੱਥੇ ਤੀਜਾ ਬੰਦਾ, ਜਿੱਦਾਂ ਸਵਿਫਟ ਕਾਰ ਨਹੀਂ ਆਪਣੇ ਸ਼ੀਜੀ, ਸਵਿਫਟ ਕਾਰ ਘੁੰਮਦੀ ਆ ਰੋਡ 'ਤੇ, ਤੀਜਾ ਬੰਦਾ ਫਿੱਟ ਹੋਊਗਾ, ਤੀਜਾ ਬੰਦਾ ਬੋਡੀ ਬਿਲਡਰ ਹੋਊਗਾ। ਇਹ ਸਾਰੇ ਹੀ ਇਨਫਲੂਐਂਸਰ ਜੋ ਨੇ, ਜੋ ਵੀ ਆ ਮਾਰਕੀਟਿੰਗ ਹੋ ਰਹੀ ਆ ਬਹੁਤ ਵੱਡੇ ਲੈਵਲ ਦੀ। ਇੱਕ ਮੈਗੀ ਦੀ ਕੰਪਨੀ ਤੁਹਾਨੂੰ ਹਾਇਰ ਕਰਦੀ ਹੈ ਵੀ ਤੁਹਾਨੂੰ ਇੱਕ ਲੱਖਾਂ 'ਚ ਪੈਕੇਜ ਦੇ ਰਹੇ ਹਾਂ ਜੀ, ਪ੍ਰਮੋਟ ਕਰ ਦਿਉ, ਕਰਤਾ ਆਪਾਂ। ਕਦੇ ਉਹ ਬੰਦੇ ਨੇ ਆਪ ਮੈਗੀ ਖਾਧੀ, ਉਹ ਵੀਡੀਓ 'ਤੇ ਜ਼ਰੂਰ ਦੋ ਚਮਚੇ ਖਾ ਜੂਗਾ, ਬਟ ਉਹਦੇ ਮਨ ਨੂੰ ਵੀ ਪਤਾ ਵੀ ਇਹ ਚੀਜ਼ ਗਲਤ ਹੈ। ਫਿਰ ਕਿਉਂ ਕਰਦੇ ਨੇ? ਸਵਾਲ ਤਾਂ ਆਹੀ ਹੈ ਨਾ, ਪੈਸਾ, ਸਿਰਫ ਪੈਸੇ ਕਰਕੇ? ਪੈਸਾ, ਜਿਹੜਾ ਜੋ ਨਵਾਂ ਯੂਥ ਹੈ, ਹੁਣ ਇੱਕ ਨਵਾਂ ਬੱਚਾ 17-18 ਸਾਲ ਦਾ, ਉਹਦੇ ਮਾਇੰਡ 'ਤੇ ਗੱਲ ਹਿੱਟ ਕਰ ਗਈ ਵੀ ਮੈਗੀ ਖਾ ਕੇ ਵੀ ਹੋ ਸਕਦੀ ਹੈ, ਮੈਨੂੰ ਆਂਡੇ ਕਿਉਂ ਖਾਵਾਂ ਮੈਂ ਕਿਉਂ ਰਾਈਸ ਖਾਊਂਗਾ, ਮੈਂ ਕਿਉਂ ਦਲੀਆ ਖਾਊਂਗਾ? ਮੈਗੀ ਕਿੱਥੋਂ ਤਿਆਰ ਹੁੰਦੀ ਹੈ? ਮੈਦਾ, ਮੈਦੇ ਨਾਲ ਤਾਂ ਬੋਡੀ ਨਹੀਂ ਬਣਨੀ। ਇਸ ਕਰਕੇ ਇਹ ਚੀਜ਼ਾਂ ਨੂੰ ਆਪਾਂ ਨੂੰ ਵੀ ਸਮਝਣਾ ਚਾਹੀਦਾ, ਜੋ ਆਪਾਂ ਨੂੰ ਵੀ ਇੰਨੀ ਕੁ ਨੌਲੇਜ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਵੀ, ਇਹ ਸਾਰੇ ਇਹਨਾਂ ਦੇ ਮਿੱਥ ਨੇ, ਸਾਰੇ ਮਾਰਕੀਟਿੰਗ ਦੇ ਫੈਕਟਰ ਨੇ, ਯਾਨੀ ਅਵੇਅਰਨੈਸ ਦੀ ਬਹੁਤ ਲੋੜ ਹੈ ਸਰ, ਉਹ ਹਾਸਲ ਹੋ ਦੇਖ ਕੇ, ਠੀਕ ਹੈ ਜੀ, ਬਟ ਇੱਦਾਂ ਨਹੀਂ, ਬੋਡੀ ਇੱਦਾਂ ਨਹੀਂ ਬਣਦੀ। ਯਾਨੀ ਇੱਕ ਮੈਂ ਨਾਂ ਨਹੀਂ ਲਊਂਗਾ ਐਕਟਰ ਦਾ, ਜਿਹੜੇ 4 ਕੁ ਵਜੇ ਉੱਠ ਜਾਂਦੇ ਨੇ ਸਵੇਰੇ, ਹਾਂਜੀ, ਰੋਜ਼ ਜਿੰਮ ਕਰਦੇ ਨੇ, ਫਿੱਟ ਰਹਿੰਦੇ ਨੇ, ਜਲਦੀ ਸੋ ਜਾਂਦੇ ਨੇ, ਪਰ ਐਡ ਕਰ ਲੈਂਦੇ ਨੇ ਜ਼ੁਬਾ ਕੇਸਰੀ, ਬਿਲਕੁਲ ਹੈ ਨਾ, ਨਾਂ ਨਹੀਂ ਲਊਂਗਾ ਮੈਂ ਮਸਾਲੇ ਦਾ, ਪਰ ਯਾਨੀ ਉਹ ਵੀ ਮਿੱਥੀ ਹੈ, ਇੱਕ ਮਿੱਥੀ ਹੈ। ਦੇਖੋ, ਇੱਕ ਨਾ ਬੜੀ ਵਧੀਆ ਇੰਟਰਵਿਊ ਮੈਂ ਦੇਖੀ, ਉਹ ਵੀ ਐਕਟਰੀ ਹੈ, ਸਟਾਰ ਹੈ, ਉਹ ਬੰਦੇ ਨੂੰ ਵੀ ਹੋ ਗਏ 20 ਸਾਲਿਆ ਵਰਕਆਊਟ ਕਰਦੇ ਨੇ, ਉਹ ਕਹਿੰਦਾ ਵੀ ਮੇਰੇ ਕੋਲ ਔਫਰ ਆਈ ਹੈ ਇਹ ਪਾਨ ਮਸਾਲਾ ਦੀ, ਕਹਿੰਦਾ ਮੈਂ ਉਸੇ ਟਾਈਮ ਉਹਨੂੰ ਮਨ੍ਹਾ ਕੀਤਾ, ਕਿਉਂ? ਕਹਿੰਦਾ ਉਹ ਮੇਰਾ ਜ਼ਮੀਰ ਹੀ ਨਹੀਂ ਮੰਨਿਆ ਵੀ ਇੱਕ ਪਾਸੇ ਤਾਂ ਮੈਂ ਫਿਟਨੈਸ ਨੂੰ ਆਪਣੀ ਨੂੰ ਪ੍ਰਮੋਟ ਕਰ ਰਿਹਾ, ਦੂਜੇ ਪਾਸੇ ਜੋ ਯੂਥ ਮੈਨੂੰ ਦੇਖੂਗਾ ਉਹਨੂੰ ਮੈਂ ਪਾਨ ਮਸਾਲੇ ਲਈ ਮੋਟੀਵੇਟ ਕਰ ਰਿਹਾ ਵੀ ਇਹ ਵੀ ਖਾਓ।
ਨਿਰਾ ਪੈਸੇ ਵੱਲ ਆਪਾਂ ਨਾ ਜਾਈਏ, ਗੇਮ ਇਹ ਬਹੁਤ ਵਧੀਆ ਇੰਡੀਆ ਦੇ ਵਿੱਚ, ਇਹਨੂੰ ਪ੍ਰਮੋਟ ਹੀ ਇੱਦਾਂ ਦੇ ਤਰੀਕੇ ਨਾਲ ਕੀਤਾ ਜਾਂਦਾ ਕਿ ਕਈ ਵਾਰ ਤੁਹਾਡੇ ਪੇਰੈਂਟਸ ਵੀ ਡਰਦੇ ਆ ਜਿਮ ਭੇਜਣ ਤੋਂ ਵੀ ਕੁਛ ਉੱਥੇ ਗਲਤ ਚੀਜ਼ ਨਾ ਤੁਸੀਂ ਲੈ ਲਵੋ, ਕੋਈ ਗਲਤ ਸਪਲੀਮੈਂਟ ਨਾ ਤੁਹਾਨੂੰ ਮਿਲ ਜਾਵੇ ਜਿਹਦੇ ਨਾਲ ਆਪਣਾ ਕੋਈ ਲੋਸ ਹੋ ਜਾਵੇ। ਨਹੀਂ ਤਾਂ ਹਰ ਇੱਕ ਬੰਦੇ ਨੂੰ ਫਿਟਨੈਸ ਆਪਣੀ ਵਧੀਆ ਰੱਖਣੀ ਚਾਹੀਦੀ ਹੈ। ਤੁਸੀਂ ਖੁਦ ਦੇਖੋ ਤੁਸੀਂ ਫਿੱਟ ਹੋ, ਤੁਸੀਂ 10 ਜਣੇ ਫਰੈਂਡ ਸਰਕਲ 'ਚ ਤੁਰੇ ਜਾਂਦੇ ਹੋ, ਤੁਸੀਂ ਇਕੱਲੇ ਵਧੀਆ ਹੋ, ਤੁਹਾਨੂੰ ਖੜ੍ਹ ਕੇ ਲੋਕ ਐਪਰੀਸ਼ੀਏਟ ਕਰਨਗੇ। ਉਹ ਜਿਹੜੀ ਐਪਰੀਸ਼ੀਏਸ਼ਨ ਉਹ 9 ਨੂੰ ਕਿਉਂ ਨਹੀਂ ਮਿਲੀ, ਤੁਹਾਨੂੰ ਕਿਉਂ ਮਿਲੀ? ਪਰ ਉਸ ਵਾਰ ਡਿਫੇਮੇਸ਼ਨ ਵੀ ਕਰਨਗੇ ਨਾਲ, ਡਿਫੇਮ ਵੀ ਕਰ ਦੇਣਗੇ ਕਿ ਕਿਤੇ ਟਿਕਟ ਆ ਕੇ ਤਾਂ ਹੀ ਲਾਏ, ਕਿਉਂਕਿ ਇਹ ਇੱਕ ਮਿੱਥ ਬਣਾਤੀ ਹੈ। ਨੈਗੇਟਿਵ ਅਤੇ ਪੋਜ਼ਿਟਿਵ ਦੋਨੋਂ ਚੀਜ਼ਾਂ ਚੱਲਦੀਆਂ ਨੇ, ਹਰੇਕ ਫੀਲਡ 'ਚ ਚੱਲਣਗੀਆਂ। ਜਿਮ ਦੇ ਵਿੱਚ ਨਹੀਂ, ਤੁਸੀਂ ਕੋਈ ਬਿਜ਼ਨਸ ਕਰ ਲਓ, ਤੁਸੀਂ ਕੋਈ ਵਧੀਆ ਕਾਰ ਲਿਆਓ, ਤੁਸੀਂ ਵਧੀਆ ਕੋਈ ਮਕਾਨ ਪਾ ਲਓ, ਤੁਹਾਨੂੰ ਤੁਹਾਡਾ ਹਾਰਡ ਵਰਕ ਨਹੀਂ ਦੇਖਣਾ ਵੀ ਤੁਸੀਂ ਕਿੰਨਾ ਕੀਤਾ। ਜਿਨ੍ਹਾਂ ਨੇ ਤੁਹਾਨੂੰ ਨੈਗੇਟਿਵ ਸੋਚਣਾ ਉਹ ਸੋਚਣਗੇ, ਬਟ ਉਹ 5 ਨੈਗੇਟਿਵ ਭੁੱਲ ਜਾਓ, ਜਿਹੜੇ 2 ਪੋਜ਼ਿਟਿਵ ਆਏ ਨੇ ਉਹਨਾਂ 'ਤੇ ਧਿਆਨ ਦਿਓ ਵੀ ਜਿਹੜੇ ਉਹ 2 ਤੁਹਾਨੂੰ ਪੋਜ਼ਿਟਿਵਲੀ ਮੋਟੀਵੇਟ ਕਰਕੇ ਗਏ ਨੇ, ਇਟ ਮੀਨਸ ਉਹ ਤੁਹਾਡੇ ਕੋਲ ਸਿੱਖ ਕੇ ਗਏ ਨੇ। ਹੁਣ ਕਈ ਵਾਰ ਸਾਨੂੰ ਰੋਡ 'ਤੇ ਕਈ ਵਾਰ ਕੋਈ ਬੱਚੇ ਇੱਦਾਂ ਦੇ ਮਿਲ ਜਾਂਦੇ ਨੇ ਵੀ ਅਸੀਂ ਵੀ ਵਰਕਆਊਟ ਕਰਨਾ, ਅਸੀਂ ਵੀ ਇੱਦਾਂ ਦੀ ਬੋਡੀ ਬਣਾਉਣੀ ਆ, ਕੋਈ ਟਿਪਸ ਦੇ ਦਿਓ। ਦੇ ਦਿਓ, ਬੱਚੇ ਨੇ ਨਵੇਂ ਨੇ, ਤੁਹਾਡੇ ਟਿਪਸ ਜੇ ਉਹ ਬੱਚੇ 2 ਤੋਂ 3 ਵਾਰੀ ਵੀ ਫੋਲੋ ਕਰ ਗਏ, ਉਹਨਾਂ ਦੇ ਮਾਇੰਡ ਦੇ ਵਿੱਚ ਉਹ ਚੀਜ਼ਾਂ ਰਹਿ ਗਈਆਂ ਤਾਂ ਵਧੀਆ ਗੱਲ ਆ ਨਾ ਆਪਣੇ ਲਈ, ਚੰਗੀ ਗੱਲ ਆਪਾਂ ਤੋਂ ਸਿੱਖ ਕੇ ਗਏ ਨੇ। ਇਸ ਲਈ ਇਹ ਚੀਜ਼ਾਂ ਨੂੰ ਪਿੱਛੇ ਛੱਡਣਾ ਚਾਹੀਦਾ, ਪੈਸੇ ਵਾਲੀਆਂ ਚੀਜ਼ਾਂ ਨੂੰ ਪ੍ਰਮੋਸ਼ਨ ਕਰਨੀ ਵਧੀਆ ਕਰੋ। ਅੱਛਾ, ਮੈਂ ਇੱਕ ਨਾ ਬੜੀ ਇੰਪੋਰਟੈਂਟ ਗੱਲ ਕਰਨੀ ਸੀ, ਮੇਰੇ ਕੈਮਰਾ ਪਰਸਨ ਨੇ ਰੁਪਿੰਦਰ ਜੱਗੀ, ਉਹ ਵੀ ਹੁਣੇ ਗੱਲ ਕਰ ਰਹੇ ਸੀ, ਸਵੇਰ ਦੇ ਗਾਣੇ ਵੀ ਗਾ ਰਹੇ ਸੀ। ਜੱਗੀ ਜੀ, ਕਿਹੜਾ ਗਾਣਾ ਸੀ ਜਿਹੜਾ ਗਾ ਰਹੇ ਸੀ ਤੁਸੀਂ ਹਲੇ? ਪੁਰਾਣੀਆਂ ਖੁਰਾਕਾਂ 'ਤੇ, ਖਾਧੀਆਂ ਖੁਰਾਕਾਂ ਕੰਮ ਆਉਂਦੀਆਂ ਨੇ, ਹੈ ਨਾ? ਅਤੇ ਜਿਹੜੀਆਂ ਖਾਧੀਆਂ ਖੁਰਾਕਾਂ ਨੇ, ਜਿਹੜੀ ਬਜ਼ੁਰਗਾਂ ਦੀਆਂ ਖੁਰਾਕਾਂ ਨੇ, ਸਵੇਰੇ ਸਵੇਰੇ ਆਲੂ ਦਾ ਪਰੌਂਠਾ ਮੱਖਣ ਦੇ ਨਾਲ, ਦੇਸੀ ਘਿਓ ਵਾਲਾ, ਹੈ ਨਾ, ਪੂਰਾ ਇੱਕ ਦਹੀਂ, ਜਾਂ ਫਿਰ ਉਸ ਤੋਂ ਇਲਾਵਾ ਆਪਾਂ ਵੈਸੇ ਕੁਝ ਬ੍ਰੈਡ ਆਮਲੇਟ ਖਾ ਲੈਂਦੇ ਹਾਂ, ਹੈ ਨਾ, ਹੁਣ ਖਾ ਲੈਂਦੇ ਹਾਂ, ਪਹਿਲਾਂ ਤਾਂ ਪਰੌਂਠੇ ਪਰੌਂਠੇ ਚੱਲਦੇ ਸੀਗੇ। ਉਸ ਤੋਂ ਇਲਾਵਾ ਆਪਾਂ ਜਿਹੜੀ ਨੋਰਮਲ ਡਾਇਟ ਲੈਂਦੇ ਹਾਂ, ਸਬਜ਼ੀ ਬਣਾ ਲਈ, ਹੈ ਨਾ, ਰੋਟੀ ਖਾ ਲਈ ਨਾਲ, ਹੈ ਨਾ, ਨਾਲ ਪਿਆਜ਼ ਖਾ ਲਿਆ, ਚਟਨੀ ਬਣਾ ਕੇ ਖਾ ਲਈ, ਚਟਨੀ ਵੀ ਚਲੋ ਇਟਸ ਅ ਗੁੱਡ ਥਿੰਗ। ਹਾਂਜੀ, ਉੱਥੇ ਉਹ ਇੱਕ ਦੇਸੀ ਡਾਇਟ ਆਪਣੀ। ਦੂਜੇ ਪਾਸੇ ਆਪਾਂ ਅੱਜ ਦੀ ਡੇਟ 'ਚ ਗੱਲ ਕਰਦੇ ਹਾਂ, ਆਪਾਂ ਤਾਂ ਇਹ ਸੈਲਡ ਖਾਣਾ ਹੈ, ਆਪਾਂ ਸੀਜ਼ਰ ਸੈਲਡ ਖਾਣਾ ਹੈ, ਆਪਾਂ ਤਾਂ ਬੋਡੀ ਬਣਾਵਾਂਗੇ। ਡਿਫਰੈਂਸ ਕੀ ਹੈ ਕਿ ਆਪਾਂ ਦੇਸੀ ਖਾਣੇ ਦੇ ਨਾਲ, ਪੁਰਾਣੀਆਂ ਖੁਰਾਕਾਂ ਦੇ ਨਾਲ, ਉਹ ਵਾਕਈ ਉਹ ਬੋਡੀ ਬਣਾ ਸਕਦੇ ਹਾਂ ਜਾਂ ਫਿਰ ਨਹੀਂ ਬਣਾ ਸਕਦੇ? ਬਿਲਕੁਲ ਬਣਾ ਸਕਦੇ ਹਾਂ। ਦੇਖੋ, ਤੁਸੀਂ ਕੁਐਸਚਨ ਕੀਤਾ ਵੀ ਪੁਰਾਣੇ ਆਪਣੇ ਬਜ਼ੁਰਗ ਸੀਗੇ, 70-80% ਪਿੰਡਾਂ 'ਚ ਹੀ ਰਹਿੰਦੇ ਨੇ, ਪਰ ਉਹਨਾਂ ਦਾ ਹਾਰਡ ਵਰਕ ਕਿੰਨਾ ਸੀ? ਮੋਰਨਿੰਗ ਖੇਤ ਜਾਣਾ, ਕੋਈ ਟਰੈਕਟਰ ਨਹੀਂ ਸੀ, ਬਲਦ ਰੱਖੇ ਹੁੰਦੇ ਸੀ, ਨਾਲ ਨਾਲ ਚੱਲਣਾ, ਹਲਾਂ ਨਾਲ ਵਾਹੁਣਾ ਖੇਤ ਨੂੰ, ਸਾਰੇ ਨੂੰ ਕਹੀ ਚਲਾਉਣੀ ਕਿੰਨੇ ਕਿੰਨੇ ਘੰਟੇ, ਉਹ ਕੀ ਸੀ? ਜਿਮ ਹੀ ਸੀ ਇੱਕ ਤਰ੍ਹਾਂ ਦੀ। ਮੈਂ ਪਹਿਲੇ ਸਟਾਰਟਿੰਗ 'ਚ ਇਹ ਗੱਲ ਕਹੀ ਸੀ ਵੀ ਬੰਦੇ ਨੂੰ ਨਹੀਂ ਪਤਾ ਬੋਡੀ ਨੂੰ ਆਪਣੀ ਨੂੰ, ਵੀ ਬੰਦਾ ਮੇਰੇ 'ਤੇ ਕੀ ਕਿੱਦਾਂ ਵਰਕਆਊਟ ਕਰਦਾ, ਮਸ਼ੀਨ 'ਤੇ ਵਰਕਆਊਟ ਕਰ ਰਿਹਾ ਕਿ ਉਹ ਹੱਥ ਨਾਲ ਵਰਕਆਊਟ ਕਰ ਰਿਹਾ। ਹੁਣ ਉਹ ਬਜ਼ੁਰਗ ਹੱਥ ਨਾਲ ਵਰਕਆਊਟ ਕਰਦੇ ਸੀ, ਉਹਨਾਂ ਦੇ ਮਸਲ ਹੀ ਇੰਨੇ ਤਕੜੇ ਸੀ, ਜਦੋਂ ਘਰ ਦੀ ਆ ਕੇ ਡਾਇਟ ਲੈਂਦੇ ਸੀ, 2-2 ਕਿਲੋ ਤਾਂ ਦੁੱਧ ਪੀ ਜਾਂਦੇ ਸੀ, ਛੰਨਾ ਛੰਨਾ ਘਿਓ ਦਾ ਭਰਿਆ ਹੋਇਆ, ਸ਼ੱਕਰ ਦੀ ਚੂਰੀ ਨਾਲ, ਛੋਲੇ, ਡਾਈਜੈਸ਼ਨ ਉਹਨਾਂ ਦੇ ਇੰਨੇ ਤਕੜੇ ਸੀ, ਉਹਨਾਂ ਨੂੰ ਹਜ਼ਮ ਹੁੰਦੀ ਸੀ ਉਹ ਚੀਜ਼। ਆਪਾਂ ਹੁਣ ਆਪਾਂ ਤੁਸੀਂ ਇੱਕ ਚਮਚਾ ਦੇਸੀ ਘਿਓ ਦਾ ਨਹੀਂ ਪੀ ਸਕਦੇ, ਪੀ ਜਾਓਗੇ? ਨਹੀਂ ਪੀ ਸਕਦੇ, ਹਜ਼ਮ ਨਹੀਂ ਹੋਣਾ, ਬੀਪੀ ਵੱਧ ਜਾਣਾ ਆਪਣਾ, ਪੇਟ ਖਰਾਬ ਹੋ ਜਾਣਾ। ਉਹ ਡਾਇਟ ਅੱਜ ਵੀ ਵਧੀਆ ਜਿਹੜਾ ਬੰਦਾ ਉਹਨੂੰ ਫੋਲੋ ਕਰਦਾ, ਪਰ ਉਹਨੂੰ ਵਰਕਆਊਟ ਵੀ ਕਰਨਾ ਪਏਗਾ, ਉਹਨੂੰ ਵਰਕਆਊਟ ਕਰਨਾ ਪਊਗਾ। ਹੁਣ ਜਿਮ ਦੇ ਵਿੱਚ ਜੋ ਡਾਇਟ ਤੁਹਾਨੂੰ ਮੈਂਸ਼ਨ ਕਰਕੇ ਦਿੱਤੀ ਜਾਂਦੀ ਉਹ ਸੇਮ ਦੇਸੀ ਡਾਇਟ ਹੀ ਹੈ।